ਠੀਕ ਹੈ ਤੁਹਾਨੂੰ ਸਿੰਗਰ ਦੇ ਤੌਰ ਤੇ ਫਿਲਮ ਮਿਲ ਗਈ, ਭਾਈ ਫਿਲਮ ਮਿਲ ਗਈ ਭਰਾਵਾ, ਹੁਣ ਤੁਸੀਂ ਐਕਟਿੰਗ ਉੱਤੇ ਵੀ ਕੰਮ ਕਰ ਲਓ ਨਾ। ਸੋ ਇਹ ਗੱਲ ਨਹੀਂ ਉਹ ਸਮਝਦੇ, ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਪ੍ਰੋਡਿਊਸਰ ਲਈ ਕਿ ਪੈਸਾ ਕਿਸ ਚੀਜ਼ ਉੱਤੇ ਲਾਉਣਾ। ਜਿਸ ਪ੍ਰੋਗਰਾਮ ਵਿੱਚ ਜਾਨ ਹੋਊ, ਜਿਹੜੇ ਵਿੱਚ ਕੋਈ ਗੱਲ ਹੋਊ, ਜਿਹਦੇ ਵਿੱਚ ਕੋਈ ਤੱਥ ਹੋਊ, ਉਹਨੂੰ ਲੋਕ ਜ਼ਰੂਰ ਪਸੰਦ ਕਰਦੇ ਆ। ਚਾਰ ਡਾਇਲੋਗ ਵੀ ਲਿਖਾਉਣੇ ਨਾ, ਜੋ ਮਰਜ਼ੀ ਲਿਖ ਦੇਗਾ। ਜਦੋਂ ਅਸੀਂ ਐਂ ਕਹਿੰਦੇ ਜੋ ਮਰਜ਼ੀ ਲਿਖ ਦੇਗਾ, ਕਿਹੜਾ ਪੁੱਛਦਾ, ਫਿਰ ਕੋਈ ਪੁੱਛਦਾ ਹੀ ਨਹੀਂ। ਹਾਂਜੀ ਰਾਣਾ ਰਣਵੀਰ ਜੀ, ਇੰਟਰਵਿਊ ਸ਼ੁਰੂ ਕਰਨ ਲੱਗੇ ਜਿਹਨ ਵਿੱਚ ਸਵਾਲ ਉੱਠਦਾ ਹੈ ਕਿ ਤੁਹਾਡੀ ਇੰਟਰੋਡਕਸ਼ਨ ਇੱਕ ਕਹਾਣੀਕਾਰ ਦੇ ਵਜੋਂ ਕਰੀਏ, ਇੱਕ ਅਦਾਕਾਰ ਵਜੋਂ ਕਰੀਏ। ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਤੁਹਾਨੂੰ ਐਜ਼ ਏ ਅਦਾਕਾਰ, ਤੁਸੀਂ ਕਿੰਨਾ ਸੋਹਣਾ ਲਿਖਦੇ ਹੋ, ਅਤੇ ਰਾਣਾ ਰਣਵੀਰ ਜੀ ਅਸਲ ਦੇ ਵਿੱਚ ਕੀ ਹਨ? ਤੁਸੀਂ ਮੈਨੂੰ ਰਾਣਾ ਰਣਵੀਰ ਕਰਕੇ ਮਿਲੋ, ਸ਼ੁਕਰੀਆ ਤੁਹਾਡਾ ਇੰਨਾ ਕੁਛ ਕਹਿਣ ਲਈ। ਦਰਅਸਲ ਸੰਭਾਵਨਾਵਾਂ ਤਾਂ ਹਰੇਕ ਵਿੱਚ ਹੀ ਹੁੰਦੀਆਂ ਨੇ, ਉਹਨਾਂ ਨੂੰ ਸੰਭਾਵਨਾਵਾਂ ਨੂੰ ਆਪਣਾ ਪਹਿਚਾਨਣਾ ਅਸੀਂ ਆਪ ਹੁੰਦਾ ਹੈ ਨਾ, ਵੀ ਸਾਡੇ ਅੰਦਰ ਕੀ ਹੈ, ਸਮਰੱਥਾ ਸਾਡੇ ਵਿੱਚ ਕਿੰਨੀ ਕੁ ਹੈ। ਕਈ ਵਾਰੀ ਅਸੀਂ ਉਸ ਕੰਮ ਦੇ ਲਾਇਕ ਨਹੀਂ ਹੁੰਦੇ ਜਿਹੜਾ ਕਰੀ ਜਾਂਦੇ ਹੁੰਦੇ, ਨਾ ਸਾਡਾ ਉਹਦੇ ਵਿੱਚ ਇੰਟਰਸਟ ਹੁੰਦਾ, ਦਿਲਚਸਪੀ ਨਹੀਂ ਹੁੰਦੀ। ਔਰ ਜਿਹੜੀਆਂ ਚੀਜ਼ਾਂ ਸਾਨੂੰ ਆਵਾਜ਼ਾਂ ਮਾਰਦੀਆਂ ਹੁੰਦੀਆਂ ਨੇ, ਜਿਹੜੀ ਚੀਜ਼ ਸਾਡਾ ਇੰਟਰਸਟ ਹੁੰਦਾ, ਜਿਹੜੀ ਚੀਜ਼ ਵਿੱਚ ਸਾਡੀ ਮਹਾਰਤ ਹੁੰਦੀ ਹੈ ਜਾਂ ਗੁਣ ਹੁੰਦਾ, ਹੁਨਰ ਹੁੰਦਾ, ਉਹਨੂੰ ਅਸੀਂ ਜਾਂ ਖੋਲ੍ਹਣੇ ਕਰ ਦਿੰਦੇ ਹਾਂ, ਜਾਂ ਅਸੀਂ ਇਹ ਉਲਾਂਭਾ ਦੇ ਦਿੰਦੇ ਕਿ ਮੈਨੂੰ ਚਾਂਸ ਨਹੀਂ ਮਿਲਦੇ। ਹਾਂਜੀ, ਚਾਂਸ ਲੈਣੇ ਪੈਂਦੇ ਨੇ। ਤੁਸੀਂ ਮੈਨੂੰ ਇੱਕ ਕਵੀ ਵੀ ਕਹਿ ਸਕਦੇ ਹੋ, ਗੀਤਕਾਰ ਵੀ ਕਹਿ ਸਕਦੇ ਹੋ, ਔਰ ਥੀਏਟਰ ਵਾਲਾ ਵੀ ਕਹਿ ਸਕਦੇ ਹੋ, ਸਿਨੇਮੇ ਵਾਲਾ ਵੀ ਕਹਿ ਸਕਦੇ ਹੋ, ਡਾਇਲੋਗ ਵੀ ਲਿਖਦਾ, ਜਿੰਨਾ ਕੁ ਜੀ ਕਰਦਾ, ਜਿੰਨਾ ਕੁ ਕੋਈ ਕੰਮ ਕਰਾਈ ਜਾਂਦਾ, ਜੇ ਨਹੀਂ ਵੀ ਕੰਮ ਦਿੰਦਾ ਤਾਂ ਮੈਂ ਆਪਣੇ ਆਪ ਆਪਣੀ ਮਸਤੀ ਲਈ ਲਿਖਦਾ ਰਹਿੰਦਾ, ਕਰਦਾ ਰਹਿੰਦਾ। ਅਤੇ ਆਮ ਜ਼ਿੰਦਗੀ 'ਚ ਵੀ ਬੰਦਾ ਐਕਟਿੰਗ ਕਰਦਾ ਹੈ, ਕਈ ਵਾਰੀ ਬੰਦਾ ਕਈ ਵਾਰੀ ਢਿੱਲਾ ਮਿੱਠਾ ਹੁੰਦਾ, ਬੰਦਾ ਕਹਿੰਦਾ ਕਿਵੇਂ ਆ, ਕਹਿੰਦਾ ਠੀਕ ਆ, ਕਈ ਵਾਰੀ ਠੀਕ ਹੁੰਦਾ, ਕਹਿੰਦਾ ਕਿਵੇਂ ਆ, ਠੀਕ ਆ, ਸੋ ਉਦੋਂ ਵੀ ਐਕਟਿੰਗ ਹੀ ਕਰ ਰਿਹਾ ਹੁੰਦਾ। ਹਾਂਜੀ, ਪਰ ਜਿਸ ਤਰ੍ਹਾਂ ਤੁਹਾਡੀਆਂ ਪਹਿਲੀਆਂ ਫਿਲਮਾਂ ਦੇਖਦੇ ਹੋ ਤੁਸੀਂ, ਕਮੇਡੀ ਦੇ ਵਿੱਚ ਸ਼ੈਂਪੀ ਦਾ ਕਿਰਦਾਰ ਸੀ ਜੀ ਜੀ, ਉਸ ਨੂੰ ਦੇਖ ਕੇ ਲੱਗਦਾ ਸੀਗਾ ਕਿ ਤੁਹਾਡੇ ਦੇ ਵਿੱਚ, ਜਦੋਂ ਵੀ ਥੀਏਟਰ 'ਚ ਜਾਂਦੇ ਸੀ ਤੁਹਾਡੀ ਮੂਵੀ ਦੇਖਦੇ ਸੀ ਤਾਂ ਲੱਗਦਾ ਸੀ ਕਿ ਅੱਜ ਰਾਣਾ ਰਣਵੀਰ ਸਾਨੂੰ ਹਸਾਊਗਾ, ਹੈ ਨਾ ਜੀ ਜੀ। ਪਰ ਜਦੋਂ ਤਾਰੀ ਨੂੰ ਦੇਖਦੇ ਹਾਂ ਅਸੀਂ, ਉਦੋਂ ਬਹੁਤ ਸੁਲਝਿਆ ਹੋਇਆ ਅਦਾਕਾਰ ਸਾਡੇ ਸਾਹਮਣੇ ਆਉਂਦਾ ਹੈ, ਜਿੱਦਾਂ ਅਰਦਾਸ ਆਈ ਆ ਤੁਹਾਡੀ ਫਿਲਮ, ਇਸ ਤਰ੍ਹਾਂ ਦੀਆਂ ਜਿੱਦਾਂ ਕੰਟੈਂਟ, ਇਹ ਕਿਉਂ ਨਹੀਂ ਆ ਰਹੇ ਪੰਜਾਬੀ ਸਿਨੇਮੇ ਦੇ ਵਿੱਚ? ਆਪਾਂ ਇਹ ਕਹਿ ਸਕਦੇ ਵੀ ਜ਼ਿਆਦਾ ਕਿਉਂ ਨਹੀਂ ਆ ਰਿਹਾ, ਜਿਹੜਾ ਸਿਨੇਮਾ ਹੈ, ਜਿਹੜਾ ਸਿਨੇਮੇ ਦੇ ਵਿੱਚ ਸਿਨੇਮੇ ਦੀ ਜਿਹੜੀ ਭਾਸ਼ਾ ਉਹ ਇੱਕ ਅਲੱਗ ਹੈ। ਅਕਸਰ ਜਿਹੜੇ ਹੁੰਦੇ ਨੇ ਕਿ ਜਿਹੜੇ ਪ੍ਰੋਡਿਊਸਰ ਹੁੰਦੇ ਆ ਜਾਂ ਪੇਸ਼ਕਾਰ ਜਿਹੜੇ ਮੇਕਰਸ ਨੇ, ਹੈ ਨਾ, ਜਾਂ ਡਾਇਰੈਕਟਰ ਨੇ, ਉਹ ਕਈ ਵਾਰੀ ਆਡੀਅੰਸ ਨੂੰ ਹਲਕੇ ਦੇ ਤੌਰ 'ਤੇ ਲੈ ਲੈਂਦੇ ਨੇ, ਜਾਂ ਜਿਹੜੇ ਬੰਦੇ ਦੀ ਮਹਾਰਤ ਹੁੰਦੀ ਹੈ, ਕਿਸੇ ਨਾਲ ਤਾਂ ਮੈਂ ਕਮੇਡੀ ਬਣਾ ਸਕਦਾ, ਕਿਸੇ ਨਾਲ ਤਾਂ ਮੈਂ ਐਕਸ਼ਨ ਕਰ ਸਕਦਾ। ਜੇ ਤੁਸੀਂ ਐਕਟਰ ਹੋ, ਮੈਂ ਐਕਟਰ ਹਾਂ, ਤੁਸੀਂ ਐਕਟਰ ਹੋ, ਜਾਂ ਕੋਈ ਮੇਲ ਫੀਮੇਲ ਕੋਈ ਵੀ ਐਕਟਰ ਹੈ, ਐਕਟਰ ਤਾਂ ਕੁਛ ਵੀ ਕਰ ਸਕਦਾ। ਹਾਂਜੀ, ਐਕਟਰ ਤੋਂ ਕਰਾਉਣਾ ਕੀ ਨਹੀਂ ਹੈ, ਉਹ ਤੋਂ ਕਮੇਡੀ ਕਰਾਉਣੀ ਹੈ, ਜਾਂ ਉਹਨੂੰ ਚੁੱਪ ਰੱਖਣਾ ਹੈ, ਜਾਂ ਉਹਨੂੰ ਇੱਕ ਮਿੰਟ ਲਈ ਲੈ ਕੇ ਆਉਣਾ ਹੈ, ਜਾਂ ਕਿਸ ਤਰ੍ਹਾਂ ਦੀ ਸਮਰੱਥਾ ਉਹਦੇ ਵਿੱਚ, ਇਹ ਡਾਇਰੈਕਟਰ ਨੇ ਪਹਿਚਾਣੀ ਹੁੰਦੀ। ਸੋ ਜਦੋਂ ਕੋਈ ਡਾਇਰੈਕਟਰ ਪਹਿਚਾਣਦਾ ਹੈ ਰਾਣੇ ਨੂੰ ਵੀ ਇਹ ਰਾਣੇ 'ਚ ਸਮਰੱਥਾ ਹੈਗੀ ਹੈ, ਕਰ ਸਕਦਾ, ਤਾਂ ਉਹੋ ਜਿਹੇ ਰੋਲ ਦਿੰਦੇ ਆ। ਜਿਵੇਂ ਹੁਣ 1984 ਤੁਸੀਂ ਤਾਰੀ ਦੀ ਗੱਲ ਕੀਤੀ, ਤਾਂ ਉਹ ਮੈਂ ਸ਼ੈਂਪੀ ਦਾ ਕਿਰਦਾਰ ਉਸੇ ਡਾਇਰੈਕਟਰ ਨਾਲ ਕੀਤਾ ਸੀ, ਅਨੁਰਾਗ ਸਿੰਘ ਹੋਰਾਂ ਨਾਲ। ਅਨੁਰਾਗ ਸਿੰਘ ਹੋਰਾਂ ਨੇ ਉਹ ਕਰੈਕਟਰ ਦਿੱਤਾ, ਉਹ ਕਰੈਕਟਰ ਦੀ ਬਹੁਤ ਸਾਰੀ ਆਲ ਓਵਰ ਵਰਲਡ ਪਹਿਚਾਣ ਬਣੀ, ਪਰ ਜਦੋਂ ਤਾਰੀ ਦਾ ਕਰੈਕਟਰ ਦਿੱਤਾ ਉਦੋਂ ਵੀ ਲੋਕਾਂ ਨੇ ਸਰਾਹਿਆ। ਸੋ ਇੱਕ ਐਕਟਰ ਨੇ ਆਪਣਾ ਫਰਜ਼ ਨਿਭਾਇਆ, ਮਿਹਨਤ ਕੀਤੀ ਕਿ ਦੱਸਿਆ ਕਿ ਮੈਂ ਇਹ ਕਰ ਸਕਦਾ, ਅਤੇ ਲੋਕਾਂ ਨੇ ਵੀ ਕਬੂਲਿਆ। ਦਰਅਸਲ ਮੇਰੀ ਜਿਹੜੀ ਟ੍ਰੇਨਿੰਗ ਹੈ ਨਾ, ਉਹ ਹੈਗੀ ਥੀਏਟਰ ਦੀ। ਹਾਂਜੀ, ਮੈਂ ਜਦੋਂ ਤੋਂ ਕਾਲਜ ਗਿਆ ਉਦੋਂ ਤੋਂ ਮੈਂ ਥੀਏਟਰ ਕਰਨ ਲੱਗ ਗਿਆ, ਫਿਰ ਮੈਂ ਥੀਏਟਰ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਲਈ MA ਵੀ ਥੀਏਟਰ ਐਂਡ ਟੈਲੀਵਿਜ਼ਨ ਵਿੱਚ ਕੀਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਹਾਂਜੀ, ਫਿਰ ਨਾਟਕ ਨਾਲ ਹੁਣ ਤੱਕ ਜੁੜਿਆ ਹੋਇਆ, ਲਗਾਤਾਰ ਕਰ ਰਿਹਾ। ਹਰੇਕ ਐਕਟਰ ਦਾ ਜੀ ਕਰਦਾ ਹੁੰਦਾ ਕਿ ਮੈਂ ਤਰ੍ਹਾਂ ਤਰ੍ਹਾਂ ਦੇ ਰੋਲ ਕਰਾਂ। ਹਾਂਜੀ, ਪਰ ਉਹਦੇ ਹੱਥ ਵੱਸ ਨਹੀਂ ਹੁੰਦਾ, ਕਰਨਾ ਤਾਂ ਉਹਨੇ ਪ੍ਰੋਫੈਸ਼ਨਲੀ ਕੰਮ ਕਰਨਾ, ਤੇ ਉਹੀ ਕਰਨਾ ਜੋ ਉਹਨੂੰ ਮਿਲੂਗਾ। ਸ਼ੁਰੂ ਸ਼ੁਰੂ ਵਿੱਚ ਉਹ ਕੁਝ ਕਰਨਾ ਪੈਂਦਾ ਜੋ ਤੁਹਾਨੂੰ ਮਿਲੀ ਜਾਂਦਾ, ਫਿਰ ਤੁਹਾਡੀ ਇੱਕ ਥਾਂ 'ਤੇ ਆ ਕੇ ਤੁਹਾਡੀ ਚੋਇਸ ਹੋ ਜਾਂਦੀ ਹੈ ਕਿ ਮੈਂ ਇਹ ਛੱਡਦਾ ਨਾ ਆਹ ਕਰ ਲੈਣਾ, ਆਹ ਛੱਡਦਾ ਨਾ ਆਹ ਕਰ ਲੈਣਾ, ਫਿਰ ਜਦੋਂ ਤੁਹਾਡੀ ਜਮੀ ਚੋਇਸ ਨਹੀਂ ਚੱਲਦੀ, ਥੀਏਟਰ ਤਾਂ ਤੁਹਾਡੇ ਕੋਲ ਹੈਗਾ। ਹਾਂਜੀ, ਸੋ ਥੀਏਟਰ ਰਾਹੀਂ ਫਿਰ ਤੁਸੀਂ ਖੇਤਾਂ ਦਾ ਪੁੱਤ ਕਰਦੇ ਹੋ, ਫਿਰ ਖੇਤਾਂ ਦਾ ਪੁੱਤ ਕੀਤਾ 2014 'ਚ ਸੋਲੋ ਪਰਫਾਰਮੈਂਸ 90 ਮਿੰਟ ਦੀ, ਉਹ ਸਾਰੀ ਕਿਤੇ ਪਸੰਦ ਕੀਤੀ ਗਈ। ਫਿਰ ਗੁੱਡਮੈਨ ਦੀ ਲਾਲਟੈਨ ਕੀਤਾ 2017 ਵਿੱਚ, 2 ਘੰਟੇ ਦਾ ਪਲੇ ਸੋਲੋ, ਉਹ ਸਾਰਿਆਂ ਨੇ ਪਸੰਦ ਕੀਤਾ, ਉੱਥੇ ਮੈਂ ਆਪਣਾ ਕੱਟ ਲਿਆ ਜੋ ਮੈਂ ਕਰ ਸਕਦਾ। ਫਿਰ ਜ਼ਿੰਦਗੀ ਜ਼ਿੰਦਾਬਾਦ ਸ਼ੁਰੂ ਕੀਤਾ, ਜ਼ਿੰਦਗੀ ਜ਼ਿੰਦਾਬਾਦ ਦਿੱਲੀ ਵਧੀਆ ਸਰਾਹਿਆ ਗਿਆ, ਲੁਧਿਆਣਾ ਵਿੱਚ ਵਧੀਆ ਸਰਾਹਿਆ ਗਿਆ, ਪਟਿਆਲੇ ਵਧੀਆ ਸਰਾਹਿਆ ਗਿਆ, ਫਿਰ ਉਸ ਤੋਂ ਬਾਅਦ ਮੈਂ ਸਰੀ ਤੋਂ ਸ਼ੁਰੂ ਕੀਤਾ, ਸਰੀ, ਟੋਰਾਂਟੋ, ਹੈਮਿਲਟਨ, ਕੈਲਗਰੀ, ਉੱਥੇ ਲੋਕਾਂ ਨੇ ਸਰਾਹਿਆ। ਇਹ ਬਹਾਨਾ ਨਹੀਂ ਲੈ ਸਕਦਾ ਰਾਣਾ ਕਿ ਵੀ ਮੈਨੂੰ ਕਰਨ ਨੂੰ ਨਹੀਂ ਦੇ ਰਹੇ, ਜੇ ਨਹੀਂ ਕੋਈ ਦੇ ਰਿਹਾ ਤਾਂ ਆਪ ਕਰ ਲਓ। ਸੋ ਆਪ ਕਰਦੇ ਹਾਂ ਜਦੋਂ ਸਮਰੱਥਾ ਤੁਹਾਡੇ ਅੰਦਰ ਪਈ ਹੁੰਦੀ ਹੈ। ਸੋ ਗੰਭੀਰਤਾ ਹੈ, ਚਾਹੇ ਕਮੇਡੀ ਹੈ, ਚਾਹੇ ਸ਼ੈਂਪੀ ਦਾ ਕਰੈਕਟਰ ਹੈ, ਚਾਹੇ ਤਾਰੀ ਦਾ ਕਰੈਕਟਰ ਹੈ, ਚਾਹੇ ਉਹ ਅਰਦਾਸ ਦਾ ਲੋਟਰੀ ਹੈ, ਚਾਹੇ ਅਰਦਾਸ ਕਰਾਂ ਦਾ ਕਰਮ ਸਿੰਘ ਹੈ, ਚਾਹੇ ਅਰਦਾਸ ਕਰਾਂ ਲਿਖਣ ਵਾਲਾ ਰਾਣਾ, ਉਹ ਅੰਦਰ ਹੀ ਪਿਆ ਹੁੰਦਾ ਸਾਰਾ ਕੁਝ ਕਢਾਉਣ ਵਾਲਿਆਂ। ਗਿੱਪੀ ਗਰੇਵਾਲ ਉਹਨਾਂ ਨੇ ਮੰਜੇ ਬਿਸਤਰੇ ਵੀ ਲਿਖਵਾਈ, ਮੇਰੇ ਤੋਂ ਅਰਦਾਸ ਵੀ ਲਿਖਵਾਈ, ਅਰਦਾਸ ਕਰਾਂ ਵੀ ਲਿਖਵਾਈ।
ਰਾਣਾ ਜੀ ਇਹ ਹੈ ਵੀ ਤੁਸੀਂ ਜਿਵੇਂ ਵੱਖ ਵੱਖ ਵਿਧਾ ਦੇ ਵਿੱਚ ਕੰਮ ਕਰ ਰਹੇ ਹੋ, ਤੁਸੀਂ ਆਪ ਲਿਖਦੇ ਵੀ ਹੈਗੇ ਹੋ ਜਾਂ ਤੁਸੀਂ ਕਵੀ ਕਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਵਿਧਾ ਦੇ ਵਿੱਚ ਅੱਜ ਤੱਕ ਸਥਾਪਤੀ ਵੱਲ ਜਿਹੜਾ ਤੁਹਾਡਾ ਰੁਝਾਨ ਵਧਿਆ, ਤਾਂ ਤੁਸੀਂ ਆਪਣੀ ਜ਼ਿੰਦਗੀ ਦੀ ਜਿਹੜੀ ਸਥਾਪਤੀ ਹੈ ਉਸ ਕਿਸ ਵਿਧਾ ਦੇ ਨਾਲ ਜੁੜਦੇ ਹੈਗੇ ਹੋ? ਜਿਵੇਂ ਹੁਣ ਤੁਸੀਂ ਥੀਏਟਰ ਦੀ ਗੱਲ ਕੀਤੀ ਆ, ਜਿਹੜੇ ਵੱਖ ਵੱਖ ਰੋਲ ਤੁਸੀਂ ਵੱਖ ਵੱਖ ਜਿਹੜੇ ਜੋ ਵੀ ਤੁਸੀਂ ਕਿਰਤਾਂ ਕਰਦੇ ਹੈਗੇ ਹੋ ਰੰਗ ਮੰਚ ਦੀਆਂ ਜਾਂ ਭਾਵੇਂ ਫਿਲਮਾਂ ਹੈਗੀਆਂ ਨੇ, ਉਹਦੇ ਵਿੱਚ ਇੱਕ ਪ੍ਰਤੀਬੱਧਤਾ ਜਿਹੜੀ ਹੈਗੀ ਆ ਉਹ ਲੇਖਕ ਦੀ ਹੁੰਦੀ ਆ ਜੀ। ਇੱਕ ਤੁਹਾਡਾ ਪੰਜਾਬੀ ਹੋਣ ਕਰਕੇ ਇੱਕ ਹਰ ਪੰਜਾਬੀ ਦੀ ਇੱਕ ਪ੍ਰਤੀਬੱਧਤਾ ਬਣਦੀ ਹੈਗੀ ਆ, ਉਹ ਪ੍ਰਤੀਬੱਧਤਾ ਜਿਹੜੀ ਤੁਹਾਡੀ ਕਮਿਟਮੈਂਟ ਹੈ ਉਹ ਜ਼ਿਆਦਾ ਕਿਸ ਪਾਸੇ ਵੱਲ ਝਟਕਦੀ ਹੈ, ਕਿਸ ਪਾਸੇ ਵੱਲ ਤੁਸੀਂ ਆਉਣ ਵਾਲੇ ਸਮੇਂ 'ਚ ਨਿਖਾਰ ਦੇਖਣਾ ਚਾਹੁੰਦੇ ਤੁਹਾਡੀ ਆਪਣੀ ਪਰਸਨੈਲਿਟੀ ਦੇ ਵਿੱਚ, ਅਤੇ ਨਾਲ ਲੱਗਦੇ ਜਿਹੜਾ ਹੈਗਾ ਵੀ ਤੁਸੀਂ ਲੋਕਾਂ ਦੇ ਲਈ ਉਹ ਕੀ ਕੁਛ ਕਰਨਾ ਚਾਹੁੰਦੇ ਹੋ ਜਿਹੜਾ ਅੱਜ ਤੱਕ ਨਹੀਂ ਹੋਇਆ? ਆ ਜਿਹੜੇ ਪ੍ਰਤੀਬੱਧਤਾ ਦੀ ਤੁਸੀਂ ਗੱਲ ਕੀਤੀ ਹੈ ਕਮਿਟਮੈਂਟ ਦੀ ਨਾ, ਉਹ ਮੈਂ ਬੇਸਿਕਲੀ ਕਹਾਂ ਮੇਰੀ ਪ੍ਰਤੀਬੱਧਤਾ ਬੰਦਾ ਬਣਨ ਦੇ ਵਿੱਚ ਹੈ ਵੀ ਮੈਂ ਸਹੀ ਬੰਦਾ ਬਣ ਜਾ, ਠੀਕ ਬੰਦਾ ਬਣ ਜਾ, ਸੋਹਣਾ ਸੁਥਰਾ ਜਿਉਣ ਵਾਲਾ ਬਣ ਜਾ, ਔਰ ਮੈਂ ਇਹੋ ਜਿਹਾ ਬੰਦਾ ਬਣ ਜਾ, ਇਹੋ ਜਿਹਾ ਕਲਾਕਾਰ ਬਣ ਜਾ ਜਿਹੜਾ ਕਿਸੇ ਨੂੰ ਹਸਾ ਵੀ ਸਕੇ, ਕੋਈ ਸੇਧ ਵੀ ਦੇ ਸਕੇ, ਨੈਗੇਟਿਵ ਨੂੰ ਪੋਜ਼ਿਟਿਵ ਕਰ ਸਕੇ। ਔਰ ਮੈਂ ਆਪਣੀ ਕਲਾ ਰਾਹੀਂ ਇਹ ਚਾਹੁੰਦਾ ਕਿ ਚਾਹੇ ਉਹ ਲਿਖਣ ਰਾਹੀਂ ਹੋਵੇ, ਚਾਹੇ ਸਟੇਜ ਰਾਹੀਂ, ਚਾਹੇ ਸਿਨੇਮਾ ਰਾਹੀਂ, ਕਿ ਉਹ ਮੰਤਵਹੀਨ ਨਾ ਹੋਵੇ। ਸੋ ਇਹਦਾ ਮਤਲਬ ਇਹ ਹੈ ਵੀ ਜਿਹੜਾ ਜਿਹੜਾ ਜਿਹੜੀ ਸਿਰਜਣ ਪ੍ਰਕਿਰਿਆ ਹੈ ਬੰਦੇ ਦੀ, ਤੁਸੀਂ ਉਹਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਹੋ ਕਿ ਬੰਦਾ ਇੱਕ ਪ੍ਰੋਗਰੈਸਿਵ ਨੇਚਰ ਦੇ ਵਿੱਚ ਹੋ ਕੇ ਇੱਕ ਸਿਰਜਕ ਰੂਪ, ਉਹਦਾ ਇੱਕ ਵਧਿਆ ਸੁਧਰਿਆ ਹੋਇਆ ਰੂਪ ਜਿਹੜਾ ਪੰਜਾਬੀ ਸਿਨੇਮੇ ਦੇ ਵਿੱਚ ਆਵੇ, ਭਾਵੇਂ ਐਜ ਏ ਕਰੈਕਟਰ ਦੇ ਤੌਰ 'ਤੇ ਆਵੇ ਜਾਂ ਐਜ ਏ ਮਨੁੱਖ ਦੇ ਤੌਰ 'ਤੇ ਆਵੇ ਜਾਂ ਸਮਾਜ ਦੇ ਵਿੱਚ ਇੱਕ ਆਪਣਾ ਵਧੀਆ ਇਸ ਤਰ੍ਹਾਂ ਦੀ ਜਿਹੜੀ ਪਿਰਤ ਪਾਉਣਾ ਚਾਹੁੰਦੇ ਹੈਗੇ ਹੋ? 100% 100% ਮੈਂ ਕਿਸੇ ਇੱਕ ਧਾਰਾ ਨਾਲ, ਕਿਸੇ ਇੱਕ ਵਿਧਾ ਨਾਲ, ਜਾਂ ਕਿਸੇ ਇੱਕ ਧਰਮ ਨਾਲ, ਜਾਂ ਕਿਸੇ ਇੱਕ ਖਿੱਤੇ ਨਾਲ ਜੁੜਿਆ ਹੋਇਆ ਮਹਿਸੂਸ ਨਹੀਂ ਕਰਨਾ ਚਾਹੁੰਦਾ, ਜਾਂ ਮੈਂ ਇਹ ਪਹਿਚਾਣ ਦੁਨੀਆ ਤੋਂ ਨਹੀਂ ਲੈ ਕੇ ਜਾਣਾ ਚਾਹੁੰਦਾ ਕਿ ਇਸ ਖਿੱਤੇ ਨਾਲ ਜੁੜਿਆ ਹੋਇਆ ਸੀ, ਇਸ ਖਿੱਤੇ ਨਾਲ ਜੁੜਿਆ ਹੋਇਆ ਸੀ। ਜੇ ਮੈਂ ਪਹਿਲਾਂ ਸੰਭਾਵਨਾਵਾਂ ਦੀ ਗੱਲ ਕੀਤੀ ਨਾ, ਦੇਖੋ ਲੇਖਕ ਦੇ ਤੌਰ 'ਤੇ ਜਾਂ ਕਲਾਕਾਰ ਦੇ ਤੌਰ 'ਤੇ ਅਸੀਂ ਸ਼ੁਰੂ ਕਦੋਂ ਕਰਦੇ ਹਾਂ ਯਾਤਰਾ, ਜਦੋਂ ਸੋਚ ਕੇ ਯਾਰ ਵੀ ਕੁਛ ਵਧੀਆ ਕਰੇ, ਕਲਾ ਕਲਾ ਲਈ ਨਾ ਹੋਵੇ ਸਿਰਫ, ਕਲਾ ਹੋਵੇ ਮਨੁੱਖਤਾ ਲਈ, ਕਲਾ ਹੋਵੇ ਜ਼ਿੰਦਗੀ ਲਈ, ਕਲਾ ਹੋਵੇ ਜਿਉਣ ਲਈ। ਉਹ ਚਾਹੇ ਤੁਹਾਡੀ ਕਵਿਤਾ ਰਾਹੀਂ ਹੋਵੇ, ਉਹ ਚਾਹੇ ਤੁਹਾਡੇ ਲੈਕਚਰ ਰਾਹੀਂ ਹੋਵੇ, ਉਹ ਚਾਹੇ ਤੁਹਾਡੀ ਪੇਂਟਿੰਗ ਰਾਹੀਂ ਹੋਵੇ, ਚਾਹੇ ਸਟੇਜ ਰਾਹੀਂ ਹੋਵੇ, ਚਾਹੇ ਕਾਮੇਡੀ ਰਾਹੀਂ ਹੋਵੇ। ਪਰ ਦੇਖੋ ਚਾਰਲੀ ਚੈਪਲਿਨ ਨੇ ਕਾਮੇਡੀ ਕੀਤੀ ਹੈ, ਬਿਲਕੁਲ ਕਾਮੇਡੀ ਵਿੱਚ ਦੁਖਾਂਤ ਵੀ ਪੇਸ਼ ਕੀਤਾ, ਸੁਖਾਂਤ ਵੀ ਪੇਸ਼ ਕੀਤਾ, ਸੇਧ ਵੀ ਦਿੱਤੀ ਹੈ, ਕਟਾਕਸ਼ ਵੀ ਕੀਤਾ, ਸਟਾਇਰ ਵੀ ਕੀਤਾ। ਪਰ ਜਿਵੇਂ ਹੁਣ ਤੁਸੀਂ ਅੱਜ ਕੱਲ੍ਹ ਜਿਵੇਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਹੋ, ਬਹੁਤ ਕੁਛ ਜਿਹੜਾ ਹੈ ਉੱਥੇ ਸੁਣਨ ਨੂੰ ਮਿਲ ਰਿਹਾ, ਬਹੁਤ ਕੁਛ ਚੰਗਾ ਹੋ ਰਿਹਾ, ਬਹੁਤ ਕੁਛ ਮਾੜਾ ਹੋ ਰਿਹਾ, ਜਿਹੜੀ ਜ਼ਿਆਦਾ ਗਿਣਤੀ ਹੈਗੀ ਉਹ ਮਾੜੇਪਣ ਦੀ ਹੋ ਰਹੀ ਆ। ਜਿਵੇਂ ਖਾਸ ਕਰਕੇ ਜਿਹੜਾ ਸਿਨੇਮਾ ਜਾਂ ਤੁਸੀਂ ਥੀਏਟਰ ਦੀ ਗੱਲ ਕੀਤੀ ਆ, ਜਾਂ ਈਵਨ ਜਿਹੜਾ ਸਾਹਿਤ ਹੈਗਾ ਵੀ ਉਹ ਸਮਾਜ ਦਾ ਇੱਕ ਦਰਪਣ ਆ ਜਿਹਦੇ ਥਰੂ ਅਸੀਂ ਇਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ, ਕਿਉਂਕਿ ਤੁਹਾਡੇ ਅੰਦਰ ਵੀ ਇੱਕ ਆਪਣੀ ਤ੍ਰਿਪਤੀ ਬੈਠੀ ਆ ਜਿਹਨੂੰ ਤੁਸੀਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਜੀ। ਉਹ ਜਿਹੜੀ ਤ੍ਰਿਪਤੀ ਹੈ ਕਿ ਜਿਹੜੇ ਦੁੱਖਾਂ ਦਾ ਕਾਰਨ ਕਰਕੇ ਜਿਵੇਂ ਤੁਸੀਂ ਦਿਖਾਉਣ ਦੀ ਗੱਲ ਕੀਤੀ ਆ, ਖਾਸ ਕਰਕੇ ਜਿਵੇਂ ਪੁਰਾਣੇ ਸ਼ੇਕਸਪੀਅਰ ਦੇ ਪਲੇ ਹੁੰਦੇ ਸੀਗੇ ਜਾਂ ਹੋਰ ਜਿਹੜਾ ਹੈਗਾ, ਦਿਖਾਉਣ ਬਹੁਤ ਵੱਡਾ ਮਨੁੱਖਤਾ ਦਾ ਹਿੱਸਾ ਰਿਹਾ ਜੀ ਜੀ। ਸੋ ਖਾਸ ਕਰਕੇ ਰੰਗ ਮੰਚ ਦਾ ਜਿਹੜਾ ਹੈਗਾ ਦਿਖਾਉਣ ਬਹੁਤ ਵੱਡਾ ਹਿੱਸਾ ਰਿਹਾ। ਸੋ ਇਸ ਦਿਖਾਉਣ ਦੇ ਵਿੱਚ ਜਿੱਥੇ ਤੁਸੀਂ ਆਪਣੀ ਤ੍ਰਿਪਤੀ ਭਾਲਦੇ ਹੈਗੇ ਹੋ, ਤਾਂ ਤੁਸੀਂ ਸਮਝਦੇ ਹੈਗੇ ਹੋ ਵੀ ਹਾਂ ਕੁਛ ਨਾ ਕੁਛ ਜਿਹੜਾ ਬਗੋਚਾ ਪਾਉਣਾ, ਟੋਟਲ ਜਿਹੜਾ ਪੰਜਾਬੀ ਸੰਦਰਭ ਹੈਗਾ ਜਾਂ ਪੰਜਾਬੀ ਜਿਹਨੂੰ ਅਸੀਂ ਗਲੋਬਲ ਪੰਜਾਬੀ ਸੈਂਸ ਦੇ ਵਿੱਚ ਗੱਲਬਾਤ ਕਰਦੇ ਹਾਂ ਵੀ ਉਹ ਬਗੋਚਾਪਣ ਜਿਹੜਾ ਹੈ ਵੀ ਉਹ ਤੁਹਾਨੂੰ ਮਹਿਸੂਸ ਹੁੰਦਾ, ਉਹਦੀ ਕਦੇ ਪੂਰਤੀ ਕਰਨ ਦੀ ਕੋਸ਼ਿਸ਼ ਕਰਦੇ ਹੋ? ਦੇਖੋ ਬਗੋਚਾਪਣ ਕੀ ਹੁੰਦਾ ਨਾ, ਇਹ ਬੰਦੇ ਜਿਹੜੇ ਤੁਸੀਂ ਦਿਖਾਉਣ ਦੀ ਗੱਲ ਕੀਤੀ ਹੈ ਜਾਂ ਤੁਸੀਂ ਕਿਹਾ ਵੀ ਆਸੇ ਪਾਸੇ ਮਾੜਾ ਜ਼ਿਆਦਾ ਹੋ ਰਿਹਾ ਹੈ ਨਾ, ਚੰਗਾ ਘੱਟ ਵਾਪਰ ਰਿਹਾ, ਜਦੋਂ ਤੁਸੀਂ ਆਪਣਾ ਪਹਿਲਾਂ ਇੱਕ ਇੱਕ ਵਾਰ ਮੈਨੂੰ ਵੀ ਲੱਗਦਾ ਸੀ ਬਹੁਤ ਜ਼ਿਆਦਾ, ਕਿਉਂਕਿ ਹੁਣ ਵੀ ਕਈ ਕਹਿੰਦੇ ਨੇ ਕਿ ਵੀ ਤੁਸੀਂ ਆਹਦੇ ਬਾਰੇ ਗੱਲ ਨਹੀਂ ਕੀਤੀ, ਇਹਦੇ ਬਾਰੇ ਗੱਲ ਨਹੀਂ ਕੀਤੀ, ਜੋ ਤੁਸੀਂ ਜ਼ਿੰਦਗੀ ਜ਼ਿੰਦਾਬਾਦ ਦੇ ਨਾਅਰੇ ਲਾਈ ਜਾਂਦੇ ਹੋ, ਇੱਥੇ ਬੱਚੀਆਂ ਨਾਲ ਰੇਪ ਹੋ ਰਹੇ ਨੇ, ਨਸ਼ਿਆਂ ਵੱਲ ਜਾ ਰਹੇ ਨੇ, ਤੁਸੀਂ ਜ਼ਿੰਦਗੀ ਜ਼ਿੰਦਾਬਾਦ, ਫਿਰ ਮੈਂ ਜ਼ਿੰਦਗੀ ਮੁਰਦਾਬਾਦ ਕਿਉਂ ਕਹਾਂ? ਜੇ ਮੈਂ ਜ਼ਿੰਦਗੀ ਨੂੰ ਪਿਆਰ ਕਰਦਾ, ਜੇ ਮੈਂ ਚਾਹੁੰਦਾ ਜਿਹੜੇ ਨਸ਼ੇ ਕਰਨ ਵਾਲੇ ਮੈਨੂੰ ਦਿਖਦੇ ਨੇ, ਮੈਂ ਤਾਂ ਹੀ ਜ਼ਿੰਦਗੀ ਜ਼ਿੰਦਾਬਾਦ ਦਾ ਨਾਰਾ ਲਾਉਂਦਾ ਨਾ ਵੀ ਉਹ ਨਸ਼ਿਆਂ ਵਾਲੇ ਜਿਹੜੇ ਜ਼ਿੰਦਗੀ ਤੋਂ ਟੁੱਟੇ ਹੋਏ ਨੇ ਜਾਂ ਜਿਹੜੇ ਗਲਤ ਕੰਮ ਕਰਦੇ ਨੇ, ਜਿਹੜੇ ਬਲਾਤਕਾਰੀ ਨੇ, ਉਹਨਾਂ ਤੱਕ ਸਾਡਾ ਸੁਨੇਹਾ ਜਾਵੇ। ਭਾਈ ਜ਼ਿੰਦਗੀ ਖੂਬਸੂਰਤ ਹੈ, ਧੱਕਿਆਂ ਦਾ ਨਾਂ ਜ਼ਿੰਦਗੀ ਨਹੀਂ ਹੈਗੀ। ਸੋ ਵਿਗੋਚਾਪਣ ਤਾਂ ਹੁੰਦਾ ਜਦੋਂ ਤੁਸੀਂ ਉਸ ਚੀਜ਼ ਨਾਲ ਜੁੜੇ ਨਾ ਹੋਵੋ, ਟੁੱਟ ਕੇ ਬਹਿ ਜਾਓ, ਉੱਧਰ ਹੀ ਜਾਵੋ ਕਿ ਮੈਂ ਪੰਜਾਬ ਨਹੀਂ ਜਾ ਸਕਦਾ, ਪੰਜਾਬ ਚਾਹ ਹੋ ਰਿਹਾ, ਪੰਜਾਬ 'ਚ ਇਹ ਕਹਿਣ ਨਾਲੋਂ ਮੈਂ ਇਹ ਸੋਚਦਾ ਕਲਾਕਾਰ ਦੇ ਤੌਰ 'ਤੇ, ਲੇਖਕ ਦੇ ਤੌਰ 'ਤੇ, ਕਿ ਹੋ ਤਾਂ ਰਿਹਾ, ਤੁਸੀਂ ਕੀ ਕਰ ਰਹੇ ਹੋ, ਮੈਂ ਕੀ ਕਰ ਰਿਹਾ, ਮੈਂ ਕੁਛ ਚੰਗਾ ਕਰ ਰਿਹਾ, ਮੈਂ ਕੁਛ ਚੰਗਾ ਫੈਲਾ ਰਿਹਾ। ਹੁਣ ਮੇਰੀ ਆਡੀਅੰਸ ਜਦੋਂ ਮੈਨੂੰ ਜ਼ਿੰਦਗੀ ਜ਼ਿੰਦਾਬਾਦ ਦਾ ਸ਼ੋਅ ਦੇਖਦੇ ਆ ਜਾਂ ਅਰਦਾਸ ਕਰਾਂ ਦੇਖਦੀ ਹੈ, ਲਗਾਤਾਰ ਲੋਕਾਂ ਨੇ ਸ਼ੋਅ ਭਰ ਰੱਖੇ ਨੇ, ਇਹਦਾ ਮਤਲਬ ਲੋਕ ਪੋਜ਼ਿਟਿਵ ਚਾਹੁੰਦੇ ਆ, ਸੁਨੇਹਾ ਲੈ ਕੇ ਜਾਂਦੇ, ਤਾਂ ਕਹਿੰਦੇ ਮੈਂ ਜ਼ਿੰਦਗੀ ਨਾਲ ਜੁੜਿਆ, ਮੈਂ ਅੱਜ ਤੋਂ ਆਹ ਗਲਤੀ ਨਹੀਂ ਕਰੂੰਗਾ, ਮੇਰੇ 'ਚੋਂ ਨੈਗੇਟਿਵਿਟੀ ਖਤਮ ਹੋ ਗਈ, ਮੈਂ ਮਰਨ ਬਾਰੇ ਸੋਚ ਰਿਹਾ ਸੀ ਹੁਣ ਮੈਂ ਨਹੀਂ ਸੋਚੂੰਗਾ, ਮੈਂ ਸ਼ਰਾਬ ਪੀਂਦਾ ਸੀ ਹੁਣ ਮੈਂ ਸ਼ਰਾਬ ਨਹੀਂ ਪੀਊਂਗਾ, ਮੈਂ ਮਾਪਿਆਂ ਨੂੰ ਤੰਗ ਕਰਦਾ ਸੀ ਹੁਣ ਮੈਂ ਤੰਗ ਨਹੀਂ ਕਰੂੰਗਾ, ਇਹਦਾ ਮਤਲਬ ਸੁਨੇਹਾ ਜਾ ਰਿਹਾ। ਜੇ ਆਪ
ਸੁਨੇਹਾ ਨੈਗੇਟਿਵਿਟੀ ਦਾ ਜਾਊਗਾ। ਸੋ ਪੋਜ਼ਿਟਿਵ ਚੀਜ਼ ਨੂੰ ਫੜਨ ਦੀ ਲੋੜ ਹੈ, ਉਸੇ ਨੂੰ ਫੈਲਾਉਣ ਦੀ ਲੋੜ ਹੈ। ਮੈਂ ਨਿਰਾ ਪੂਰਾ ਇਹੀ ਵੀ ਦੁੱਖਾਂ ਤੱਕ, ਦੇਖੋ ਦੁੱਖ ਤਾਂ ਮੈਨੂੰ ਵੀ ਨੇ, ਤਕਲੀਫਾਂ ਮੈਨੂੰ ਵੀ ਨੇ, ਤੁਹਾਨੂੰ ਵੀ ਨੇ, ਪਰ ਆਪਾਂ ਦੁੱਖਾਂ ਦਾ ਹੀ ਨਾਰਾ ਲਾਈਏ ਫਿਰ ਗੱਲ ਨਹੀਂ ਬਣਨੀ। ਜ਼ਿੰਦਗੀ ਨੂੰ ਸੇਧ ਦੇਖ ਦੇਣ ਵਾਲੀ ਕੋਈ ਚੀਜ਼ ਦੇਖੀਏ, ਨਾ ਕਿ ਜ਼ਿਆਦਾ ਦੁੱਖਾਂ ਦੇ ਵਿੱਚ ਮਸ਼ਰੂਫ ਰਹੀਏ। ਜਿੱਦਾਂ ਤੁਹਾਡੇ ਸ਼ੋਅ ਦਾ ਨਾਮ ਹੀ ਆ ਜ਼ਿੰਦਗੀ ਤੋਂ ਸ਼ੁਰੂ, ਜ਼ਿੰਦਗੀ ਜ਼ਿੰਦਾਬਾਦ, ਤੇ ਉਹ ਲੋਕਾਂ ਦੇ ਦਿਲ ਵਿੱਚ ਉਹ ਨਾਮ ਨੂੰ ਸੁਣ ਕੇ ਇੱਕ ਲਹਿਰ ਜੀ ਪੈਦਾ ਹੁੰਦੀ ਆ ਕਿ ਇਸ ਪਲੇਅ ਦੇ ਵਿੱਚ ਜੇ ਅਸੀਂ ਜਾਵਾਂਗੇ ਇੱਕ ਦੋ ਘੰਟੇ ਲਾਵਾਂਗੇ ਆਪਣੇ, ਸਾਨੂੰ ਕੋਈ ਨਾ ਕੋਈ ਸੇਧ ਦੇਣ ਵਾਲੀ ਗੱਲ ਮਿਲੂਗੀ। ਜੀ ਜੀ, ਇਹਦਾ ਮਤਲਬ ਪੋਜ਼ਿਟਿਵ ਚਾਹੁੰਦੇ ਆ, ਪੋਜ਼ਿਟਿਵ ਚਾਹੁੰਦੇ ਆ। ਜਿੱਦਾਂ ਹੁਣ ਤੁਹਾਡਾ ਇਹ ਦੇਖੀਦਾ ਨਾ, ਤੁਹਾਨੂੰ ਕਾਲਜ ਟਾਈਮ ਤੋਂ ਤੁਸੀਂ ਸ਼ੁਰੂ ਕੀਤਾ ਹੈ ਨਾ, ਮੈਂ ਤੁਹਾਨੂੰ ਯੂਨੀਵਰਸਿਟੀਆਂ ਦੇ ਵਿੱਚ ਵੀ ਬਹੁਤ ਵਾਰ ਦੇਖਿਆ, ਪੰਜਾਬ ਯੂਥ ਫੈਸਟੀਵਲਾਂ ਨਾਲ ਸੰਬੰਧ ਰੱਖਦਾ ਰਿਹਾ ਜੀ। ਪਰ ਜਿਸ ਤਰ੍ਹਾਂ ਤੁਸੀਂ ਉਸ ਨਿਕਲੇ ਹੋ ਥੀਏਟਰ ਦੇ ਵਿੱਚੋਂ, ਆਏ ਹੋ ਇੱਥੇ ਤੁਸੀਂ ਇੱਕ ਲੇਖਕ ਦੇ ਤੌਰ 'ਤੇ, ਅਦਾਕਾਰ ਦੇ ਤੌਰ 'ਤੇ, ਪਰ ਉਹਦਾ ਕੀ ਕਾਰਨ ਹੈ ਕਿ ਆਪਾਂ ਨੂੰ ਜ਼ਿਆਦਾ ਚਿਹਰੇ ਉਸ ਲਾਈਨ 'ਚੋਂ ਪੰਜਾਬੀ ਇੰਡਸਟਰੀ 'ਚ ਨਹੀਂ ਮਿਲ ਰਹੇ। ਫਿਲਮਾਂ ਦੇ ਵਿੱਚ ਜੇ ਆਪਾਂ ਕਹੀਏ, ਅਕਸਰ ਜ਼ਿਆਦਾਤਰ ਸਿੰਗਰ ਹੀ ਹੁੰਦੇ ਨੇ, ਕਈ ਤਾਂ ਨਵੇਂ ਹੁੰਦੇ ਨੇਗੇ ਆ ਜਾਂਦੇ, ਪਰ ਜਿਹੜੇ ਥੀਏਟਰ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਬੈਸਟ ਐਕਟਰ ਨਿਕਲਦੇ ਨੇ ਉਹ ਕਿਉਂ ਅਲੋਪ ਹੋ ਜਾਂਦੇ ਨੇ? ਦੇਖੋ ਜਿਹੜੇ ਥੀਏਟਰ ਆਰਟਿਸਟ ਨੇ ਉਹਨਾਂ ਨੂੰ ਹੁਣ ਸਿਨੇਮੇ 'ਚ ਕੰਮ ਤਾਂ ਮਿਲਣ ਲੱਗ ਗਿਆ, ਟੀਵੀ ਦੇ ਵਿੱਚ ਤਾਂ ਸੱਤ ਮੰਨ ਲੱਗ ਕੇ ਵੀ ਸੱਤਿਆਨਾਸ਼ ਹੀ ਹੈ, ਗਾਣੇ ਹੀ ਚੱਲ ਰਹੇ ਨੇ, ਫਿਕਸ਼ਨ 'ਤੇ ਕੋਈ ਕੰਮ ਨਹੀਂ ਹੋ ਰਿਹਾ। ਉਹ ਹੁਣ ਜਿਹੜੇ ਟੀਵੀ ਚਲਾਉਣ ਵਾਲੇ ਨੇ, ਜਿਹੜੇ ਮਾਲਕ ਨੇ, ਚੈਨਲ ਚਲਾਉਣ ਵਾਲੇ ਨੇ, ਉਹ ਉਹਨਾਂ ਦੀ ਸੋਚ ਹੈ। ਪਰ ਸਿਨੇਮੇ ਵਿੱਚ ਹਰੇਕ ਤਰ੍ਹਾਂ ਦਾ ਬਣ ਰਿਹਾ, ਪੰਜਾਬੀ ਵਿੱਚ ਵੀ, ਹਿੰਦੀ ਵਿੱਚ ਵੀ, ਬਾਲੀਵੁੱਡ 'ਚ ਵੀ, ਸਾਰੇ ਕਿਤੇ, ਔਰ ਆਪਾਂ ਹਾਲੀਵੁੱਡ 'ਚ ਵੀ ਹਰੇਕ ਤਰ੍ਹਾਂ ਦਾ ਸਿਨੇਮਾ ਬਣ ਰਿਹਾ, ਚੰਗਾ ਵੀ ਬਣ ਰਿਹਾ, ਮਾੜਾ ਵੀ ਬਣ ਰਿਹਾ। ਆਪਣੇ ਸਿਨੇਮੇ ਦੀ ਸ਼ੁਰੂਆਤ ਹਲੇ ਨਵੀਂ ਨਵੀਂ ਹੋਈ ਆ, ਹਲੇ ਕੁਛ ਸਾਲਾਂ ਤੋਂ ਹੀ, ਆਪਾਂ ਕਹਿ ਲਈਏ 17-18 ਸਾਲ ਹੋਏ ਨੇ ਜਦੋਂ ਨਵੀਂ ਰਿਵਾਈਵਲ, ਜਦੋਂ ਮਨਮੋਹਨ ਸਿੰਘ ਹੋਰੀ ਲੈ ਕੇ ਆਏ ਹੈ ਨਾ ਜੀ ਆਇਆਂ ਨੂੰ ਨਾਲ, ਉੱਥੇ ਇੱਕ ਨਵੀਂ ਸ਼ੁਰੂਆਤ ਹੁੰਦੀ ਆ। ਉੱਥੋਂ ਰਾਣੇ ਵਰਗੇ ਕਲਾਕਾਰਾਂ ਨੂੰ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਕਿੰਨੇ ਹੀ ਨਾਂ ਨੇ, ਮਲਕੀਤ ਰੋਣੀ, ਸਰਦਾਰ ਸੂਹੀ, ਕਿੰਨੇ ਬੰਦਿਆਂ ਨੂੰ ਪਹਿਚਾਣ ਮਿਲਦੀ ਹੈ ਥੀਏਟਰ ਦੇ ਵਰਕਰ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮੈਡਮ ਗੁਰਪ੍ਰੀਤ ਕੌਰ ਭੰਗੂ, ਕਿੰਨੇ ਹੀ ਨਾਂ ਨੇ ਜਿਹੜੇ ਨਵੇਂ, ਅੱਜ ਨਵੇਂ ਸੀ ਅਤੇ ਅੱਜ ਪੁਰਾਣੇ ਹੋ ਗਏ ਅਤੇ ਹੁਣ ਨਵਿਆਂ ਨੂੰ ਚਾਂਸ ਮਿਲ ਰਿਹਾ। ਮੇਨ ਲੀਡ ਦੀ ਤੁਸੀਂ ਗੱਲ ਕਰਦੇ ਹੋ, ਜਦੋਂ ਵੀ ਕਿਤੇ ਸਿਨੇਮਾ ਸ਼ੁਰੂ ਹੁੰਦਾ ਨਾ, ਚਾਹੇ ਉਹ ਹਿੰਦੀ ਦਾ, ਚਾਹੇ ਇੰਗਲਿਸ਼ ਦਾ, ਚਾਹੇ ਯੂਰਪ ਦਾ, ਉੱਥੇ ਸਿੰਗਰ ਨੂੰ ਜ਼ਰੂਰ ਪਹਿਲ ਮਿਲਦੀ ਹੈ। ਉਹਦਾ ਕਾਰਨ ਹੁੰਦਾ, ਜਿਹੜਾ ਪ੍ਰੋਡਿਊਸਰ ਹੁੰਦਾ ਉਹ ਕਹਿੰਦਾ ਮੈਂ ਸੇਫ ਹੋ ਜਾਂ, ਵੀ ਮੈਂ ਇਹਦੀ ਇੱਕ ਆਡੀਅੰਸ ਬਣੀ ਹੋਈ ਹਾਂ, ਇਹਦੀ ਫੈਨ ਫੋਲੋਇੰਗ ਹੈ, ਮੈਂ ਇਹਦੇ ਇਹਨੂੰ ਲੈ ਲਾ ਨਾ, ਇਹਨੂੰ ਲੈ ਕੇ ਫਿਲਮ ਸ਼ੁਰੂ ਕਰ ਲੈਣਾ, ਜਿਵੇਂ ਮਨਮੋਹਨ ਸਿੰਘ ਹੋਰਾਂ ਨੇ ਹਰਭਜਨ ਮਾਨ ਹੋਰਾਂ ਨੂੰ ਲਿਆ, ਨਾਲ ਉਹਦੇ ਗੁਰਪ੍ਰੀਤ ਘੁੱਗੀ ਹੋਰਾਂ ਨੂੰ ਕੰਮ ਮਿਲਿਆ, ਦੀਪ ਢਿੱਲੋਂ ਹੀ ਆਏ, ਰਾਣਾ ਰਣਵੀਰ ਵੀ ਆਇਆ, ਹੋਰ ਆਰਟਿਸਟ ਆਏ। ਹੁਣ ਥੀਏਟਰ ਦੇ ਜਿਹੜੇ ਮੁੰਡੇ ਨੇ ਉਹ ਵੀ ਹੁਣ ਦੇਵ ਖਰੌੜ ਹੈ, ਦੇਵ ਖਰੌੜ ਥੀਏਟਰ ਤੋਂ ਹੈ, ਮੇਨ ਲੀਡ ਵਿੱਚ ਕੰਮ ਕਰ ਰਿਹਾ, ਉਹਦੀਆਂ ਮੇਨ ਲੀਡ ਫਿਲਮਾਂ ਆ ਰਹੀਆਂ, ਪਰ ਇੱਕ ਨਾਮ ਬਣਾ ਲਿਆ ਹੈ ਨਾ, ਹਰੀਸ਼ ਵਰਮਾ ਹੈ ਉਹਦਾ ਨਾਂ, ਕਰਤਾਰ ਚੀਮਾ ਹੈ, ਕਿੰਨੇ ਮੁੰਡੇ ਨੇ ਹੁਣ ਜਿਹੜੇ ਨਵੇਂ ਨੇ ਅੱਗੇ ਆ ਰਹੇ ਨੇ, ਹੁਣ ਸਮਾਂ ਆ ਗਿਆ, ਹੌਲੀ ਹੌਲੀ ਹੁਣ ਉਹਨਾਂ ਨੂੰ ਪਹਿਚਾਣ ਮਿਲੂਗੀ। ਅਰਦਾਸ ਦੇ ਵਿੱਚ ਗੁਰਪ੍ਰੀਤ ਘੁੱਗੀ ਹੋਰੀ ਹੀਰੋ ਨੇ, ਮੇਨ ਲੀਡ ਬਿੰਨੂ ਢਿੱਲੋਂ ਕਿੰਨੀਆਂ ਫਿਲਮਾਂ ਵਿੱਚ ਕਰ ਰਿਹਾ, ਸ਼ੁਰੂਆਤ ਹੈ, ਹਲੇ ਇਹ ਹੈਗਾ ਵੀ ਅਸੀਂ ਹਜੇ 3-4% ਮੇਨ ਲੀਡ ਵਿੱਚ ਆ, ਪਰ ਟੋਟਲ ਫਿਲਮ ਵਿੱਚ ਅਸੀਂ 90% ਤੋਂ ਵੱਧ ਹੁੰਦੇ ਹਾਂ। ਅੱਛਾ ਰਾਣਾ ਜੀ, ਇੱਕ ਜਿਹੜਾ ਹੈਗਾ ਵੀ ਹੋਰ ਸਵਾਲ ਆਉਂਦਾ ਮਨ ਦੇ ਵਿੱਚ, ਉਹ ਇਹ ਆ ਵੀ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਡਾਇਰੈਕਟਰਸ ਦੀ, ਠੀਕ ਹੈ, ਕਿ ਕੋਈ ਜਿਹੜੀ ਫਿਲਮ ਇੰਡਸਟਰੀ ਆ ਜਾਂ ਕੋਈ ਵੀ ਜਿਹੜਾ ਰੰਗਮੰਚ ਨਾਲ ਜੁੜੀ ਹੋਈ ਚੀਜ਼ ਆ, ਜਿਵੇਂ ਤੁਸੀਂ ਪੈਸੇ ਦੀ ਗੱਲ ਕੀਤੀ ਆ, ਕਲਾਕਾਰਾਂ ਦੀ ਰੁਜ਼ਗਾਰ ਦੀ ਗੱਲਬਾਤ ਹੈ ਜਾਂ ਉਹਨਾਂ ਨੂੰ ਬੜਾਵਾ ਦੇਣ ਦੀ ਗੱਲਬਾਤ ਹੈ, ਇਹ ਇੱਕ ਪਾਸੇ ਗੱਲਬਾਤ ਹੁੰਦੀ ਆ, ਦੂਜੇ ਪਾਸੇ ਪੰਜਾਬ ਦੀ ਮਾਨਸਿਕਤਾ ਹੈਗੀ ਆ, ਟੋਟਲ ਜਿਹੜੀ ਮਾਨਸਿਕਤਾ ਵਿਦੇਸ਼ਾਂ 'ਚ ਮੰਦੀ ਬਸੀ ਹੋਈ ਮਾਨਸਿਕਤਾ ਥੋੜ੍ਹੀ ਡਿਫਰੈਂਟ ਹੈਗੀ ਆ ਪੰਜਾਬ ਦੇ ਜਿਹੜੇ ਦੁਖਾਂਤ ਤੁਸੀਂ ਜਾਣਦੇ ਚੰਗੀ ਤਰ੍ਹਾਂ ਦੇ ਨਾਲ। ਹੁਣ ਗੱਲ ਇਹ ਆਉਂਦੀ ਆ ਕਿ ਜਿਹੜਾ ਡਾਇਰੈਕਟਰ ਹੈ, ਕਿਉਂਕਿ ਉਹਨੇ ਪੈਸੇ ਬਣਾਉਣੇ ਆ, ਇਸ ਕਰਕੇ ਉਹ ਪ੍ਰਚਲਿਤ ਮਾਮਲਿਆਂ ਵੱਲ ਜ਼ਿਆਦਾ ਜਿਹੜਾ ਹੈ, ਹਾਸਾ ਮਜ਼ਾਕ ਜਾਂ ਗੱਲਬਾਤ ਜਾਂ ਸੀਰੀਅਸਨੈਸ ਜਿਹੜੀ ਹੈ ਤੁਸੀਂ ਸਮਝਦੇ ਹੈਗੇ ਹੋ ਵੀ ਤੁਹਾਨੂੰ ਰੜਕਦੀ ਹੈ ਵੀ ਹਾਂ ਇਹ ਹੋਣੀ ਚਾਹੀਦੀ ਆ। ਦੇਖੋ ਗੱਲ ਕੀ ਹੈ, ਇਹ ਡਾਇਰੈਕਟਰ ਦੀ ਗੱਲ ਨਹੀਂ, ਇਹ ਪ੍ਰੋਡਿਊਸਰ ਦੀ ਗੱਲ ਹੈ, ਠੀਕ ਹੈ, ਪੈਸਾ ਲਾਉਣ ਵਾਲੇ ਦੀ ਗੱਲ ਹੈ, ਫਿਲਮ ਬਣਦੀ ਹੈ ਪੈਸੇ ਨਾਲ। ਹੁਣ ਇੱਕ ਬੰਦਾ 2.5 ਕਰੋੜ, 5 ਕਰੋੜ, 10 ਕਰੋੜ ਰੁਪਈਆ ਲਾ ਰਿਹਾ ਫਿਲਮ ਦੇ ਉੱਤੇ, ਅਤੇ ਉਹ ਚਾਹੁੰਦਾ ਕਿ ਪੈਸਾ ਵਾਪਸ ਆਵੇ, ਅਤੇ ਉਹਨੂੰ ਮਾਰਕੀਟ ਦੇ ਵਿੱਚੋਂ ਹਰ ਪਾਸੇ ਇਹ ਸੁਨੇਹਾ ਮਿਲ ਰਿਹਾ ਕਿ ਲੋਕ ਕਾਮੇਡੀ ਪਸੰਦ ਕਰਦੇ ਆ, ਲੋਕ ਚਲੰਤ ਚੀਜ਼ਾਂ ਪਸੰਦ ਕਰਦੇ ਆ, ਲੋਕ ਸੀਰੀਅਸਨੈਸ, ਗੰਭੀਰਤਾ ਪਸੰਦ ਨਹੀਂ ਕਰਦੇ। ਅਰਦਾਸ ਦੇ ਵਿੱਚ ਟੋਟਲ ਗੰਭੀਰਤਾ ਤਾਂ ਹੈ ਨਹੀਂ ਨਾ, ਵਿਸ਼ਾ ਗੰਭੀਰ ਹੈ, ਗੱਲ ਗੰਭੀਰ ਹੈ, ਹਾਸਾ ਵੀ ਆਉਂਦਾ, ਲੋਕ ਥੀਏਟਰ ਵਿੱਚ ਹੱਸ ਵੀ ਰਹੇ ਆ, ਅਰਦਾਸ ਵਿੱਚ ਵੀ ਹੱਸੇ, ਅਰਦਾਸ ਕਰਾਂ ਵਿੱਚ ਵੀ ਹੱਸੇ, ਮੈਂ ਆਸੀਸ ਬਣਾਈ ਆਸੀਸ ਵਿੱਚ ਵੀ ਹੱਸੇ। ਮੈਂ ਜਿਹੜੀ ਤੁਸੀਂ ਗੱਲ ਕੀਤੀ, ਮੈਂ ਡਾਇਰੈਕਟਰ ਸੀ, ਜਦੋਂ ਮੈਂ ਡਾਇਰੈਕਟਰ ਦੇ ਤੌਰ ਤੇ ਚੁਣਨਾ ਸੀ ਉਹ ਰਾਣਾ ਰਣਵੀਰ ਦੀ ਡਿਊਟੀ ਹੈ ਕਿ ਮੈਂ ਕੀ ਚੁਣਨਾ, ਮੈਂ ਆਸੀਸ ਦਾ ਸਬਜੈਕਟ ਚੁਣਿਆ ਕਿਉਂਕਿ ਮੈਂ ਡਾਇਰੈਕਟਰ ਵੀ ਸੀ, ਮੈਂ ਪ੍ਰੋਡਿਊਸਰ ਵੀ ਸੀ, ਇਸ ਲਈ ਮੇਰੀ ਚੱਲ ਗਈ। ਮੈਂ ਆਸੀਸ ਕਿੰਨਿਆਂ ਬੰਦਿਆਂ ਕੋਲ ਲੈ ਗਿਆ ਸਕ੍ਰਿਪਟ ਬਣਾਉਣੀ ਹੈ, ਕਿਸੇ ਪ੍ਰੋਡਿਊਸਰ ਨੇ ਜੈਸ ਨਹੀਂ ਕੀਤੀ, ਪਰ ਜਦੋਂ ਮੈਨੂੰ ਮੇਰੀ ਮੱਤ ਦੇ ਬੰਦੇ ਮਿਲੇ ਤਾਂ ਉਹਨਾਂ ਨਾਲ ਮੈਂ ਫਿਲਮ ਬਣਾਈ ਆਸੀਸ। ਡਾਇਰੈਕਟਰ ਕਈ ਵਾਰੀ ਬਹੁਤ ਕੋਸ਼ਿਸ਼ ਕਰਦਾ, ਪ੍ਰੋਡਿਊਸਰ ਪੈਸਾ ਨਹੀਂ ਲਾਉਂਦਾ, ਕਈ ਪ੍ਰੋਡਿਊਸਰ ਨੇ ਜਿਹੜੇ ਫਿਰ ਪੈਸਾ ਲਾਉਂਦੇ ਆ, ਫਿਰ ਜਦੋਂ ਫਿਲਮਾਂ ਬਣਦੀਆਂ
ਫਿਰ ਸਾਡੇ ਕੋਲ ਬਹੁਤ ਅੱਛੀਆਂ ਫਿਲਮਾਂ ਪਈਆਂ ਨੇ ਜਿਹੜੀ ਚਾਹੇ ਗਿਣਤੀ ਦੀਆਂ ਨੇ ਪਰ ਹੈਗੀਆਂ ਨੇ। ਹੁਣ ਜਦੋਂ ਦੇਖਣਗੇ ਵੀ ਅਰਦਾਸ ਨੇ ਵਪਾਰ ਕੀਤਾ, ਅਰਦਾਸ ਕਰਾਂ ਨੇ ਵਪਾਰ ਕੀਤਾ, ਅਸੀਸ ਦੀ ਪ੍ਰਸ਼ੰਸਾ ਹੋਈ, ਤਾਂ ਯਾਰ ਇਹ ਫਿਲਮ ਦੇਖਦੇ ਆ। ਹੁਣ ਪ੍ਰੋਡਿਊਸਰ ਇੱਧਰ ਨੂੰ ਆਊਗਾ, ਪ੍ਰੋਡਿਊਸਰ ਨੇ ਲਾਉਣਾ ਹੁੰਦਾ ਪੈਸਾ। ਹੁਣ ਕੋਈ ਘਰ ਬਣਾਉਂਦਾ, ਉਹਨੇ ਘਰ ਬਣਾਉਣ ਵਾਲੇ ਨੇ ਦੇਖਣਾ ਵੀ ਕਿਹੋ ਜਿਹੇ ਘਰ ਚੱਲਦੇ ਨੇ, ਕਿਹੜੀ ਸੁਸਾਇਟੀ ਚੱਲਦੀ ਹੈ, ਕਿਹੜੀ ਥਾਂ ਦੇ ਵਿੱਚ ਘਰ ਕਿਹੋ ਜਿਹਾ ਚੱਲਦਾ। ਉੱਥੇ ਕਈ ਵਾਰੀ ਕੋਈ ਪਲਾਟ ਲੈਂਦਾ ਨਹੀਂ ਹੁੰਦਾ, ਘਰ ਲੈਂਦਾ ਨਹੀਂ ਹੁੰਦਾ, ਬੰਦਾ ਜਦੋਂ ਚਾਰ ਪੰਜ ਘਰ ਵਿਕ ਜਾਂਦੇ ਨੇ ਫਿਰ ਬਾਕੀ ਪਿੱਛੇ ਆ ਜਾਂਦੇ ਨੇ ਵੀ ਇੱਧਰ ਨੂੰ ਚੱਲੀਏ, ਹਨਾ। ਪਹਿਲਾਂ ਕੈਨੇਡਾ ਕੋਈ ਆਉਂਦਾ ਨਹੀਂ ਸੀ, ਆਸਟ੍ਰੇਲੀਆ ਕੋਈ ਜਾਂਦਾ ਨਹੀਂ ਸੀ, ਹੁਣ ਆਸਟ੍ਰੇਲੀਆ ਭਰਤਾ, ਕੈਨੇਡਾ ਭਰਤਾ, ਇਹ ਸਾਰੇ ਕਿਤੇ ਹੀ ਹੈ। ਭੇਡ ਚਾਲ ਹੁੰਦੀ ਹੈ ਕਈ ਵਾਰੀ, ਇਹਦੇ ਵਿੱਚ ਸਿਰਫ ਇੰਨਾ ਹੀ ਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਤੇ ਆਡੀਅੰਸ ਨੂੰ ਅੰਡਰਐਸਟੀਮੇਟ ਨਾ ਕਰੋ। ਕਿਤੇ ਲੱਗਦਾ ਆਡੀਅੰਸ ਨੂੰ ਅੰਡਰਐਸਟੀਮੇਟ ਕਰਦੇ ਨਾ ਜਿਹੜੇ, ਉਹ ਗਲਤ ਗੱਲ ਹੋ ਜਾਂਦੀ ਹੈ। ਡਾਇਰੈਕਟਰ ਚਾਹੁੰਦਾ ਕਿ ਮੈਂ ਚੰਗਾ ਬਣਾਵਾਂ, ਵਧੀਆ ਮੀਨਿੰਗਫੁਲ ਬਣਾਵਾਂ, ਚਾਹੇ ਦੇਖੋ ਕਾਮੇਡੀ ਬਣਾਓ ਪਰ ਮੀਨਿੰਗਫੁਲ ਬਣਾਓ, ਵਾਹਿਆਤ ਨਾ ਹੋਵੇ, ਫੂਹੜ ਨਾ ਹੋਵੇ। ਕਿਤੇ ਤਾਂ ਲੱਗਦਾ ਹੈਗਾ ਵੀ ਜਿਵੇਂ ਪ੍ਰੋਡਿਊਸਰ ਜਿਹੜਾ ਵੀ ਉਹ ਕਿਸ ਕਿਸਮ ਦੀ ਜਿਹੜੀ ਫਿਲਮ ਚਾਹੁੰਦਾ ਜਾਂ ਜਿਹੜਾ ਕਲਾਕਾਰ ਹੈਗਾ ਉਹਦੇ ਵਿੱਚ ਕਹਿ ਲਓ ਵੀ ਉੱਥੇ ਉਹਦਾ ਕੌਨਫਲਿਕਟ ਆਉਂਦਾ ਵੀ ਉਹ ਮਾਨਸਿਕ ਤੌਰ 'ਤੇ ਕਰਨਾ ਨਹੀਂ ਚਾਹੁੰਦਾ ਪਰ ਉਹਨੂੰ ਕਰਨਾ ਪੈ ਰਿਹਾ। ਦੇਖੋ ਪ੍ਰੋਡਿਊਸਰ ਵੀ ਕਈ ਵਾਰੀ ਫਸ ਜਾਂਦਾ, ਪਰ ਪ੍ਰੋਡਿਊਸਰ ਨੂੰ ਮੈਂ ਇਹ ਕਹਿੰਦਾ ਵੀ ਪ੍ਰੋਡਿਊਸਰ ਨੂੰ ਫਸਿਆ ਹੋਇਆ ਮਹਿਸੂਸ ਨਹੀਂ ਕਰਨਾ ਚਾਹੀਦਾ। ਪ੍ਰੋਡਿਊਸਰ ਨੇ ਪੈਸਾ ਲਾਉਣਾ, ਉਹੀ ਫਿਲਮ ਤੁਸੀਂ 2.5-3 ਕਰੋੜ 5 ਕਰੋੜ ਦੇ ਵਿੱਚ ਮਾੜੀ ਬਣਾਉਂਦੇ ਹੋ, ਮਾੜੇ ਸਬਜੈਕਟ 'ਤੇ ਬਣਾਉਂਦੇ ਹੋ, ਉਹ ਭਾਈ ਜਦ ਪੈਸਾ ਹੀ ਲਾਉਣਾ ਫਿਰ ਮਾੜੇ ਸਬਜੈਕਟ 'ਤੇ ਕਿਉਂ ਬਣਾਉਣਾ? ਸਬਜੈਕਟ ਦੇ ਉੱਤੇ ਤਾਂ ਕੰਮ ਕਰ ਲਓ, ਤੁਸੀਂ ਕਮੇਡੀ ਬਣਾਉਣਾ ਚਾਹੁੰਦੇ ਹੋ ਬਣਾਓ ਕਮੇਡੀ, ਪਰ ਸਬਜੈਕਟ ਉੱਤੇ ਕੰਮ ਕਰੋ, ਸਕ੍ਰਿਪਟ ਉੱਤੇ ਕੰਮ ਕਰੋ, ਉਹਦੇ ਉਹਨੂੰ ਲਿਖਣ 'ਤੇ ਮਿਹਨਤ ਨਹੀਂ ਕਰਦੇ। ਫਿਲਮ ਬਣਾਉਣ ਲੱਗ ਜਾਂਦੇ ਨੇ, ਫਿਲਮ ਬਣ ਜਾਂਦੀ ਹੈ, ਸਿਨੇਮੇ 'ਚ ਆ ਜਾਂਦੀ ਹੈ, ਤੁਸੀਂ ਦੇਖਣ ਨਹੀਂ ਜਾਂਦਾ, ਦੂਜੇ ਦਿਨ ਫਿਲਮ ਲੈ ਜਾਂਦੀ ਹੈ, 5 ਕਰੋੜ ਦੀ ਥਾਂ 'ਤੇ 7 ਕਰੋੜ ਦਾ ਨੁਕਸਾਨ ਹੋ ਜਾਂਦਾ। ਜੇ ਤੁਸੀਂ ਚੰਗੀ ਫਿਲਮ ਬਣਾਓਗੇ, ਜੇ ਨਹੀਂ ਵੀ ਚੱਲੂਗੀ, ਵਪਾਰ ਨਹੀਂ ਕਰੂਗੀ, ਵਪਾਰ ਤਾਂ ਉਹਨੇ ਵੀ ਨਹੀਂ ਕੀਤਾ, ਘੱਟੋ ਘੱਟ ਲੋਕ ਐਪਰੀਸ਼ੀਏਟ ਤਾਂ ਕਰਨਗੇ ਵੀ ਕੋਈ ਚੰਗੀ ਚੀਜ਼ ਬਣਾਈ ਹੈ। ਸੋ ਇਹ ਗੱਲ ਨਹੀਂ, ਉਹ ਸਮਝਦੇ, ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਪ੍ਰੋਡਿਊਸਰ ਲਈ ਕਿ ਪੈਸਾ ਕਿਸ ਚੀਜ਼ ਉੱਤੇ ਲਾਉਣਾ। ਦੇਖੋ ਇੱਕ ਜਿਹੜੀ ਗੱਲ ਹੋਰ ਦੇਖਣ ਦੇ ਵਿੱਚ ਆਈ ਆ, ਜਿਵੇਂ ਤੁਸੀਂ ਰੰਗ ਮੰਚ ਨਾਲ ਜੁੜੇ ਹੈਗੇ ਆ, ਤੁਸੀਂ ਥੀਏਟਰ ਦੇ ਜਿਹੜੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਬਹੁਤ ਲੋਕ ਜਿਹੜੇ ਇਸ ਫੀਲਡ ਦੇ ਵਿੱਚ ਜਾ ਰਹੇ ਨੇ ਜਿਹਨਾਂ ਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਹੈ, ਠੀਕ ਹੈ। ਜਿਵੇਂ ਕਹਿ ਲਓ ਵੀ ਕੋਈ ਗਾਉਣ ਵਾਲਾ ਹੈਗਾ, ਠੀਕ ਹੈ ਨਾ, ਉਹ ਠੀਕ ਆ ਵੀ ਗਾਉਣ ਦੇ ਵਿੱਚ ਮਹਾਰਤ ਰੱਖ ਸਕਦਾ, ਪਰ ਜ਼ਰੂਰੀ ਨਹੀਂ ਹੈ ਫਿਲਮ ਦੇ ਵਿੱਚ ਜਾਂ ਐਕਟਿੰਗ ਦੇ ਵਿੱਚ ਉੱਦਾਂ ਦੀ ਮਹਾਰਤ ਰੱਖ ਸਕਦਾ। ਜਿਹੜਾ ਰੁਝਾਨ ਹੈਗਾ ਤਕਰੀਬਨ ਜਿਹੜਾ ਪੰਜਾਬੀ ਸਿਨੇਮਾ, ਉਹਦੇ ਵਿੱਚ ਇੱਦਾਂ ਦਾ ਰਲਿਆ ਮਿਲਿਆ ਬਹੁਤ ਕੁਛ ਆ ਰਿਹਾ, ਜਿਹਦੇ ਵਿੱਚ ਦੇਖੋ ਹਰ ਬੰਦਾ ਇਹ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਵੀ ਜੋ ਕੁਛ ਵੀ ਉਹ ਕਰ ਰਿਹਾ ਠੀਕ ਕਰ ਰਿਹਾ। ਇਹ ਸੰਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ? ਦੇਖੋ ਇਹ ਹੁਣ ਹਰੇਕ ਵਿਅਕਤੀਗਤ ਤੌਰ 'ਤੇ ਹੈ, ਤਾਂ ਹੁਣ ਮੈਂ ਕੋਈ ਗਲਤ ਕੰਮ ਕਰੀ ਜਾਵਾਂ, ਮੈਂ ਆਪਣੇ ਆਪ ਨੂੰ ਕਹੀ ਜਾਵਾਂ ਮੈਂ ਠੀਕ ਕਰ ਰਿਹਾ ਠੀਕ ਕਰ ਰਿਹਾ, ਇਹ ਤਾਂ ਭੁਲੇਖੇ ਵਿੱਚ ਰਹਿਣ ਵਾਲੀ ਗੱਲ ਹੈ, ਉਹ ਭੁਲੇਖੇ 'ਚ ਨੇ ਔਰ ਜ਼ਿਆਦਾ ਦੇਰ ਨਹੀਂ ਚੱਲਦੇ, ਫਿਰ ਲੰਬੀ ਰੇਸ ਦਾ ਘੋੜਾ ਨਹੀਂ ਬਣਦਾ ਬੰਦਾ। ਫਿਰ ਇਹ ਨਹੀਂ ਹੁੰਦਾ ਕਿ ਰਾਣੇ ਨੇ ਥੀਏਟਰ ਸ਼ੁਰੂ ਕੀਤਾ ਸੀ 99 ਦੇ ਵਿੱਚ ਅਤੇ 95 'ਚ ਬੰਦ ਕਰਤਾ ਖਤਮ ਹੋ ਗਿਆ, ਹੈ ਨਾ। ਜਾਂ ਵੀ ਮੈਂ ਤਾਂ ਹੁਣ ਤੱਕ ਥੀਏਟਰ ਕਰ ਰਿਹਾ, ਹੁਣ ਤੱਕ ਫਿਲਮਾਂ ਕਰ ਰਿਹਾ, ਸਹਿਜੇ ਸਹਿਜੇ ਚੱਲੀ ਜਾਓ। ਗੱਲ ਹੁੰਦੀ ਹੈ ਕਿ ਠੀਕ ਹੈ ਤੁਹਾਨੂੰ ਸਿੰਗਰ ਦੇ ਤੌਰ 'ਤੇ ਫਿਲਮ ਮਿਲ ਗਈ, ਭਾਈ ਫਿਲਮ ਮਿਲ ਗਈ, ਪਰ ਆਵਾ ਹੁਣ ਤੁਸੀਂ ਐਕਟਿੰਗ ਉੱਤੇ ਵੀ ਕੰਮ ਕਰ ਲਓ ਨਾ, ਐਕਟਿੰਗ ਦਾ ਗੁਰ ਵੀ ਸਿੱਖ ਲਓ ਕਿਤੋਂ। ਜੇ ਤੁਸੀਂ ਕਿਤੇ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਨ ਲੱਗੇ ਹੋ, ਜਾਂ ਤੁਸੀਂ ਮੌਰਗੇਜ ਦਾ ਕੰਮ ਕਰਨ ਲੱਗੇ ਹੋ, ਹੈ ਨਾ, ਜਾਂ ਤੁਸੀਂ ਫੋਟੋਗ੍ਰਾਫੀ ਦਾ ਕੰਮ ਕਰਨ ਲੱਗੇ ਹੋ, ਸਿਨੇਮੈਟੋਗ੍ਰਾਫੀ ਦਾ ਕੰਮ ਕਰਨ ਲੱਗੇ ਹੋ, ਤੁਸੀਂ ਉਹਦੀ ਟ੍ਰੇਨਿੰਗ ਦਾ ਲਵੋ ਨਾ, ਤੁਹਾਨੂੰ ਉਸ ਦੇ ਵਿੱਚ ਮਹਾਰਤ ਤਾਂ ਹੋਣੀ ਚਾਹੀਦੀ ਹੈ। ਜਿਹੜਾ ਸਾਈਕਲ ਪੈਂਚਰ ਲਾਉਣ ਵਾਲਾ ਵੀ ਦੁਕਾਨ ਉਹਦੀ ਥੋੜ੍ਹੀ ਖੋਲ੍ਹ ਲੈਂਦਾ, ਪਹਿਲਾਂ ਪੈਂਚਰ ਲਾਉਣੇ ਸਿੱਖਦਾ, ਬਿਲਕੁਲ, ਫਿਰ ਉਹ ਆਉਂਦਾ। ਸਾਡੇ ਇਸ ਫੀਲਡ ਵਿੱਚ ਕਈ ਵਾਰੀ ਕੀ ਹੋ ਜਾਂਦਾ, ਨੌ ਸਿੱਖੀ ਆ ਜਾਂਦੇ ਨੇ ਤੇ ਲੋਕ ਰੱਦ ਵੀ ਕਰ ਦਿੰਦੇ ਨੇ, ਨਾਲ ਦੀ ਨਾਲ ਲੋਕ ਰੱਦ ਕਰ ਦਿੰਦੇ ਨੇ ਭਾਜੀ, ਉਹਨਾਂ ਨੂੰ ਲੋਕ ਉਹਨਾਂ ਨੂੰ ਕਬੂਲਦੇ ਨਹੀਂ ਹੈ। ਇੱਕ ਫਿਲਮ ਆਉਂਦੀ ਆ ਜਿੱਦਾਂ ਕਿ ਅੱਜ ਕੱਲ੍ਹ ਹੁਣ ਤੁਹਾਨੂੰ ਪਤਾ ਹੀ ਆ ਸਿੰਗਿੰਗ ਦਾ, ਹਾਂਜੀ, ਹੁਣ ਕਹਿੰਦੇ ਜੀ ਸਿੱਖਣ ਦੀ ਲੋੜ ਨਹੀਂ ਗੀ, ਪੈਸਾ ਆਉਂਦਾ, ਸਟੂਡੀਓ ਜਾਂਦੇ ਆ 24 ਘੰਟਿਆਂ ਦੇ ਵਿੱਚ 5 ਮਿਲੀਅਨ ਵਿਊ, ਹੁਣ ਤਾਂ ਐਡਾਂ ਵੀ ਆਉਣ ਲੱਗ ਪਈਆਂ ਕਿ ਤੁਹਾਨੂੰ ਕਿੰਨੇ ਦਈਏ ਵਿਊ, ਨਹੀਂ ਉਹ ਤਾਂ ਸਾਨੂੰ ਵੀ ਮੈਸੇਜ ਆਉਂਦੇ ਰਹਿੰਦੇ ਆ, ਤੁਹਾਡੇ ਵਿਊ ਵਧਾ ਦਿੰਦੇ ਆ, ਤੁਹਾਡੇ ਫੋਲੋਅਰਸ ਵਧਾ ਦਿੰਦੇ ਆ, ਆਪਾਂ ਉਹਨਾਂ ਨੂੰ ਇਗਨੋਰ ਕਰ ਦਈਦਾ। ਇਹ ਬੜਾ ਸਸਤਾ ਸਾਧਨ ਹੈ ਆਪਣੇ ਆਪ ਨੂੰ ਖੁਸ਼ਫਹਿਮੀ 'ਚ ਪਾਲਣ ਵਾਲੀ ਗੱਲ ਹੈ। ਤੁਹਾਨੂੰ ਪਤਾ ਗਾਣਾ ਤਾਂ ਯਾਦ ਨਹੀਂ ਹੁੰਦਾ ਕਿਸੇ ਦਾ, ਹਰ ਰੋਜ਼ ਗਾਣੇ ਨਵੇਂ ਆਉਂਦੇ ਨੇ, ਕਿੰਨੇ ਕੁ ਗਾਣੇ ਸਾਡੇ ਯਾਦ ਨੇ, ਸਾਨੂੰ ਗਾਣੇ ਉਹੀ ਚੇਤੇ ਰਹਿੰਦੇ ਨੇ ਜਿਨ੍ਹਾਂ ਵਿੱਚ ਜ਼ਿੰਦਗੀ ਦੀ ਗੱਲ ਹੈ, ਜਿਨ੍ਹਾਂ ਵਿੱਚ ਲਿਰਿਕਸ ਚੰਗਾ ਹੈ, ਜਿਹੜਾ ਗਾਇਆ ਚੰਗਾ ਹੋਇਆ ਸਾਡੇ, ਅਸੀਂ ਉਹੀ ਗੁਣ ਬਣਾਉਂਦੇ ਹਾਂ। ਬਾਕੀ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ, ਫਿਰ ਉਹੀ ਗੱਲ ਹੋ ਜਾਂਦੀ ਹੈ। ਹੁਣ ਆਪਾਂ ਪ੍ਰੋਡਿਊਸਰ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਇੱਥੇ ਐਡਮਿੰਟਨ ਸ਼ੋਅ ਕਰਨ ਆਏ, ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ ਦੇ ਸ਼ੋਅ ਸਾਰੇ ਸੁਨੇਹੇ ਤਾਂ ਸਾਰੀ ਦੁਨੀਆ 'ਚ ਆ ਜਾਂਦੇ ਨੇ, ਸਾਡੇ ਕੋਲੇ ਕਰੋ ਸਾਡੇ ਕੋਲੇ ਕਰੋ, ਕਰਾਉਣਾ ਕਿਹਨੇ ਆ? ਪ੍ਰਮੋਟਰ ਨੇ, ਪ੍ਰਮੋਟਰ ਹੱਥ ਨਹੀਂ ਪਾਉਂਦਾ। ਐਡਮਿੰਟਨ ਤੋਂ ਪਿਛਲੇ 4-5 ਸਾਲ ਤੋਂ ਹੁੰਦਾ ਕਿ ਜਦੋਂ 2014 ਤੋਂ ਸ਼ੁਰੂ ਕੀਤੇ ਹੋਏ ਨੇ ਨਾਟਕ ਕਰਨੇ, ਖੇਤਾਂ ਦਾ ਪੁੱਤ ਕੀਤਾ, ਗੁੱਡਮੈਨ ਦੀ ਲਾਲਟੈਨ ਕੀਤਾ, ਵੀ ਕਰਕੇ ਜਾਓ ਕਰਕੇ ਜਾਓ, ਪ੍ਰਮੋਟਰ ਕੋਈ ਕਰਾ ਨਹੀਂ ਰਿਹਾ ਸੀ। ਇੱਥੇ ਨੀਟੂ ਸੋਹੀ ਉਹਨਾਂ ਨੇ ਕਰਾਇਆ, ਮੈਂ ਸ਼ਾਬਾਸ਼ ਦਿੰਦਾ ਮਲੇਰੀਅਮ ਟਾਇਰ ਵਾਲਿਆਂ ਨੂੰ, ਮੈਂ ਸ਼ਾਬਾਸ਼ ਦਿੰਦਾ, ਥੈਂਕ ਯੂ ਕਰਦਾ ਕਿ ਤੁਸੀਂ ਚੰਗੀ ਚੀਜ਼ ਨੂੰ ਹੱਥ ਪਾਇਆ। ਇਹ ਹੈ
ਸੋ ਪ੍ਰੋਡਿਊਸਰ ਤੇ ਪ੍ਰੋਮੋਟਰ ਨੂੰ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ, ਮਤਲਬ ਲੋਕ ਇਹਨਾਂ ਚੀਜ਼ਾਂ ਨੂੰ ਅੱਜ ਵੀ ਪਸੰਦ ਕਰਦੇ ਆ ਬਿਲਕੁਲ, ਹੁਣ ਅਸੀਸ ਫਿਲਮ ਹਰ ਪਾਸੇ ਅੱਜ ਵੀ ਤਾਰੀਫ ਹੋ ਰਹੀ ਆ ਨਾ, ਪਰ ਕਈ ਲੋਕ ਕਹਿੰਦੇ ਆ ਕਿ ਜਿਸ ਤਰ੍ਹਾਂ ਅਰਦਾਸ ਆਈ ਆ ਪਾਰਟ 2 ਆਇਆ, ਅਸੀਸ ਦਾ ਵੀ ਪਾਰਟ 2 ਬਣੂਗਾ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਹੋ ਗਿਆ ਕਿ ਇੱਕ ਉਹਦੇ ਵਿੱਚ ਪਰਿਵਾਰਕ ਕਹਾਣੀ ਨੂੰ ਜਿਸ ਤਰੀਕੇ ਨਾਲ ਤੁਸੀਂ ਫਿਲਮਾਇਆ ਇੱਕ ਕਾਬਲੇ ਤਾਰੀਫ ਚੀਜ਼, ਉਹ ਦੇਖਣ ਨੂੰ ਦਿਲ ਕਰਦਾ ਕਿ ਜੇ ਬੱਚਿਆਂ ਨੂੰ ਦਿਖਾਉਣੀ, ਹੁਣ ਕਈ ਇੱਥੇ ਪੰਜਾਬੀ ਫਿਲਮਾਂ ਤੁਹਾਨੂੰ ਪਤਾ ਹੀ ਆ ਲਗਾਤਾਰ ਆਈ ਜਾਂਦੀਆਂ, ਕਿੱਦਾਂ ਦੀ ਭਾਸ਼ਾ ਵਰਤਦੇ ਆ ਉਹ, ਤੁਸੀਂ ਆਪਾਂ ਉਹਦਾ ਵੀ ਨਹੀਂ ਬੋਲਦੇ, ਤੁਸੀਂ ਚੈਨਲ ਤੇ ਕੰਮ ਕਰਦੇ ਹੋ, ਤੁਸੀਂ ਇੰਟਰਵਿਊਜ਼ ਕਰਦੇ ਹੋ ਹੈਨਾ, ਤੁਹਾਡਾ ਵੀ ਜ਼ਿੰਦਗੀ 'ਚ ਵਾਸਤਾ ਪੈਂਦਾ ਹੋਏਗਾ, ਤੁਸੀਂ ਤੁਹਾਡਾ ਜ਼ਿਆਦਾ ਚੰਗੇ ਬੰਦਿਆਂ ਨਾਲ ਜਿਹੜਾ ਰਾਬਤਾ ਤੁਸੀਂ ਉਹਨੂੰ ਯਾਦ ਰੱਖਦੇ ਹੋ ਹੈਨਾ, ਚੰਗੀ ਚੀਜ਼ ਨੂੰ ਤੁਹਾਡੀ ਕੀਤੀ ਹੋਈ ਇੰਟਰਵਿਊ ਤੋਂ ਲੋਕਾਂ ਦੇ ਰਿਐਕਸ਼ਨ ਤੋਂ ਪਤਾ ਲੱਗਦਾ ਹੋਊ ਵੀ ਕਿਹੜੇ ਪ੍ਰੋਗਰਾਮ ਨੂੰ ਪਸੰਦ ਕੀਤਾ ਉਹਨਾਂ ਨੇ, ਜਿਸ ਪ੍ਰੋਗਰਾਮ ਵਿੱਚ ਜਾਨ ਹੋਊ, ਜਿਹੜੇ ਵਿੱਚ ਕੋਈ ਗੱਲ ਹੋਊ, ਜਿਹਦੇ ਵਿੱਚ ਕੋਈ ਤੱਥ ਹੋਊ, ਉਹਨੂੰ ਲੋਕ ਜ਼ਰੂਰ ਪਸੰਦ ਕਰਦੇ ਆ। ਜਿੱਦਾਂ ਹੁਣ ਪੰਜਾਬੀ ਸਿਨੇਮਾ ਆ ਇਹਦੀ ਦਿਸ਼ਾ ਤਾਂ ਬਹੁਤ ਵਧੀਆ ਜੀ ਜੀ, ਲਗਾਤਾਰ ਫਿਲਮਾਂ ਥੋੜੀ ਦਿਸ਼ਾ ਠੀਕ ਕਰਨ ਵਾਲੀ, ਦਿਸ਼ਾ ਦੇਖੋ ਠੀਕ ਕਰ ਰਿਹਾ, ਹੁਣ ਗਿੱਪੀ ਗਰੇਵਾਲ ਉਹਨਾਂ ਨੇ ਯਤਨ ਕੀਤਾ, ਮੈਂ ਵੀ ਯਤਨ ਕਰ ਰਿਹਾ, ਹੋਰ ਮੇਰੇ ਸੱਜਣ ਮਿੱਤਰ ਬਹੁਤ ਯਤਨ ਕਰ ਰਹੇ ਨੇ ਹਨਾ, ਮਨਮੋਹਨ ਸਿੰਘ ਹੋਰਾਂ ਨੇ ਯਤਨ ਸ਼ੁਰੂ ਕੀਤਾ ਸੀ, ਉਹਨਾਂ ਨੇ ਵਧੀਆ ਦਿਸ਼ਾ ਦਿੱਤੀ ਕਿ ਭਾਈ ਪੰਜਾਬੀ ਫਿਲਮਾਂ ਕੱਲੇ ਉੱਚੀ ਉੱਚੀ ਬੋਲਣ ਵਾਲੀਆਂ ਜਾਂ ਕੱਲੇ ਰਾਫ ਤਰੀਕੇ ਨਾਲ ਫਿਲਮਾਉਣ ਵਾਲੀਆਂ ਨਹੀਂ ਹੈਗੀਆਂ, ਇਹ ਟੈਕਨੀਕਲੀ ਵਧੀਆ ਸਾਊਂਡ ਹੋ ਸਕਦੇ ਨੇ, ਇਹਦਾ ਬੈਕਗਰਾਊਂਡ ਮਿਊਜ਼ਿਕ ਵਧੀਆ ਹੋ ਸਕਦਾ, ਇਹਦਾ ਦੂਜਾ ਮਿਊਜ਼ਿਕ ਸਿੰਗਿੰਗ ਵਧੀਆ ਹੋ ਸਕਦੀ ਹੈ, ਲਿਰਿਕਸ ਅੱਛਾ ਹੋ ਸਕਦਾ, ਸਕ੍ਰਿਪਟ ਅੱਛੀ ਹੋ ਸਕਦੀ ਹੈ, ਮਨਮੋਹਨ ਸਿੰਘ ਹੋਰਾਂ ਨੇ ਇੱਕ ਦਿਸ਼ਾ ਵੀ ਦਿੱਤੀ ਅਤੇ ਦਸ਼ਾ ਵੀ ਸੁਧਾਰੀ, ਅਤੇ ਹੁਣ ਉਹਨਾਂ ਦੇ ਜਿਹੜੇ ਅੱਗੇ ਨੇ ਉਹਨਾਂ ਨੇ ਜਿਹੜਾ ਬੂਟਾ ਲਾਇਆ ਬਾਗ ਬਣਿਆ ਉਹਦੇ ਵਿੱਚ ਯਤਨ ਹੋ ਰਹੇ ਨੇ, ਸਾਨੂੰ ਗਾਹੇ ਵਗਾਹੇ ਚੰਗੀਆਂ ਫਿਲਮਾਂ ਦੇਖਣ ਨੂੰ ਮਿਲ ਰਹੀਆਂ ਨੇ ਹੈਨਾ, ਸੋ ਤੁਹਾਡੇ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਭਾਜੀਆਂ, ਉੱਥੇ ਮਟਨ ਵੀ ਪਿਆ, ਚਿਕਨ ਵੀ ਪਿਆ, ਉੱਥੇ ਵੈਜ ਵੀ ਪਿਆ, ਉੱਥੇ ਨਾਨ ਵੀ ਪਏ ਆ, ਪਰੌਂਠੇ ਵੀ ਪਏ ਆ, ਉੱਥੇ ਇਹੋ ਜਿਹਾ ਵੀ ਪਿਆ ਜੀ, ਘੱਟ ਤੜਕਾ ਘੱਟ ਤੇਲ ਹੈ, ਪਰ ਉਹ ਹਾਜ਼ਮੇ ਵਾਲੀ ਚੀਜ਼ ਹੈ, ਸਿਹਤ ਲਈ ਚੰਗੀ ਹੈ। ਰਾਣਾ ਜੀ ਗੱਲ ਇਹ ਆ ਵੀ ਜਿਹੜਾ ਪਹਿਲਾਂ ਪੰਜਾਬੀ ਫਿਲਮਾਂ ਦਾ ਥੀਮ ਹੁੰਦਾ ਸੀਗਾ, ਜਾਂ ਹੁਣ ਵੀ ਬਹੁਤ ਫਿਲਮਾਂ ਦੇਖਣ ਦੇ ਵਿੱਚ ਆਈਆਂ ਜਿਹਦੇ ਵਿੱਚ ਅਜੇ ਵੀ ਜਿਹੜਾ ਜੱਟ ਭਾਰੂ ਆ ਜਾਂ ਜੱਟ ਕਿਸਮ ਦੀ ਜਿਹੜੀ ਮਾਨਸਿਕਤਾ ਭਾਰੂ ਆ, ਅਜੇ ਵੀ ਜਿਹੜਾ ਤੱਕਾ ਜਾਂ ਇੱਦਾਂ ਦੀ ਜਿਹੜੀ ਗੱਲਬਾਤ ਹੈ ਪੰਜਾਬੀ ਮਾਨਸਿਕਤਾ ਦਾ ਹਿੱਸਾ ਬਣ ਰਹੀ ਆ ਜਾਂ ਹੈਗੀ ਆ, ਸੋ ਇਸ ਸੰਬੰਧ ਦੇ ਵਿੱਚ ਜਿਹੜਾ ਰੰਗਮੰਚ ਆ ਰਿਹਾ, ਠੀਕ ਹੈ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ ਮਾਨਸਿਕਤਾ ਜਿਹੀ ਜੀ ਹੈਗੀ, ਉਹ ਫਿਰ ਨੁਕਸਾਨ ਵੀ ਤਾਂ ਚੱਲ ਰਹੇ ਨੇ ਨਾ, ਪੈਸੇ ਦਾ ਨੁਕਸਾਨ ਵੀ ਚੱਲ ਰਹੇ ਨੇ, ਉਹਨਾਂ ਨੂੰ ਦਰਸ਼ਕ ਵੀ ਨਹੀਂ ਮਿਲ ਰਿਹਾ ਹੈਨਾ, ਉਹ ਨਕਾਰੇ ਵੀ ਜਾ ਰਹੇ ਨੇ, ਜੇ ਕਦੇ ਚਾਰ ਪੈਸੇ ਕਮਾ ਵੀ ਜਾਂਦੇ ਨੇ ਤਾਂ ਲੋਕ ਕਹਿੰਦੇ ਨੇ ਯਾਰ ਦੇਖ ਆ ਇਹ ਬਣੀ ਤਾਂ ਹੈ ਨਹੀਂ ਗੱਲ ਹੈਨਾ, ਜਾਂ ਅਗਲਾ ਕਹਿੰਦਾ ਇੱਕ ਵਾਰ ਜੇ ਦੇਖਣ ਵਾਲੀ ਸੀ ਉਹੀ ਕੁਛ ਕਰੀ ਗਏ ਨੇ, ਉਹਨਾਂ ਕੋਲੇ ਉਹਨਾਂ ਨੂੰ ਕੁਛ ਲੈ ਕੇ ਨਹੀਂ ਜਾਂਦੇ ਲੋਕ, ਤੇ ਇਹ ਜਿਹੜਾ ਹੈ ਨਾ ਹੌਲੀ ਹੌਲੀ ਤਾਂ ਹੀ ਚੰਗਾ ਹੋਏਗਾ ਜਦੋਂ ਚੰਗੇ ਦਾ ਛਿੱਟਾ ਦੇਵਾਂਗੇ। ਕਿਸੇ ਬੰਦੇ ਨੂੰ ਤਾਂ ਹੁਣ ਮੈਂ ਵੀ ਕਹਿੰਦਾ ਰਹਾਂ ਵੀ ਨਹੀਂ ਯਾਰ ਲੋਕ ਤਾਂ ਇਹੋ ਜਿਹਾ ਪੜ੍ਹਦੇ ਨਹੀਂ, ਲੋਕ ਇਹੋ ਜਿਹਾ ਦੇਖਦੇ ਨਹੀਂ, ਫੇਸਬੁੱਕ 'ਤੇ ਤਾਂ ਮੇਰੇ ਤਾਂ ਘੱਟ ਫੋਲੋਅਰਸ ਨੇ, ਮੈਂ ਇਹੋ ਜਿਹਾ ਸਟੇਟਸ ਕਿਉਂ ਪਾਵਾਂ, ਮੈਂ ਤਾਂ ਹਟਦਾ ਨਹੀਂ, ਮੈਂ ਤਾਂ ਜਿਹੋ ਜਿਹੇ ਸਟੇਟਸ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਪਾਉਂਦਾ ਉਹ ਮੇਰਾ ਖਿਆਲ ਮੇਰਾ ਆਰਟਿਸਟ ਭਾਈਚਾਰਾ ਬਹੁਤ ਘੱਟ ਹੈ ਜਿਹੜਾ ਪਾਉਂਦਾ, ਪਰ ਮੈਂ ਹੁਣ ਉਹਨਾਂ ਦੇ ਪਲ ਦੇਖੀ ਜਾਵਾਂ ਵੀ ਉਹਨਾਂ ਦੇ ਵਿਊਅਰਸ ਵੱਧ ਨੇ, ਉਹਨਾਂ ਦੇ ਪਸੰਦ ਕਰਨ ਵਾਲੇ ਉਹਨਾਂ ਨੂੰ ਜ਼ਿਆਦਾ ਫੋਲੋਅਰਸ਼ਿਪ ਮਿਲ ਰਹੀ ਹੈ, ਫੋਲੋਇੰਗ ਜ਼ਿਆਦਾ ਹੈ, ਮੈਂ ਉਹਨਾਂ ਦੀ ਰੀਸ ਕਰਾਂ ਨਹੀਂ, ਮੈਂ ਉਹ ਕਰੂੰਗਾ ਜੋ ਮੈਨੂੰ ਚੰਗਾ ਲੱਗਦਾ। ਜੇ ਮੈਂ ਕਹਿੰਦਾ ਕਿ ਇਹੋ ਜਿਹੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਇਹੋ ਜਿਹਾ ਆਰਟ ਆਉਣਾ ਚਾਹੀਦਾ, ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਤਾਂ ਮੈਨੂੰ ਯਤਨ ਕਰਨੇ ਪੈਣਗੇ ਖੁਦ। ਜੇ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹੇ ਕਲਾਕਾਰਾਂ ਦੀ ਇੰਟਰਵਿਊ ਹੋਣੀ ਚਾਹੀਦੀ, ਇਹੋ ਜਿਹੇ ਲੋਕ ਅੱਗੇ ਜਾਣੇ, ਤਾਂ ਤੁਹਾਨੂੰ ਮੇਰੇ ਵਰਗੇ ਲੋਕ, ਹੋਰ ਚੰਗੇ ਲੋਕ, ਚੰਗੇ ਲੇਖਕ, ਚੰਗੇ ਸਮਾਜ ਸੇਵੀ ਫੜਨੇ ਪੈਣਗੇ, ਉਹਨਾਂ ਨਾਲ ਗੱਲ ਕਰਨੀ ਪਊਗੀ। ਆਪਾਂ ਜੇ ਮੈਂ ਇਹੀ ਕਹੀ ਜਾਵਾਂ ਸ਼ਿਕਾਇਤ ਕਰਕੇ ਵੀ ਨਹੀਂ ਆਹੀ ਚੱਲਦਾ, ਮੈਂ ਵੀ ਨਾ ਕਰਾਂ, ਫਿਰ ਫਾਇਦਾ ਕੀ ਹੈ? ਵੀ ਜਦੋਂ ਬਣੂੰਗਾ ਉਦੋਂ ਕਰੂੰਗਾ, ਫਿਰ ਕਰੂੰਗਾ ਕੌਣ? ਕਿਉਂ ਨਾ ਮੈਂ ਇਹੀ ਕਰਾਂ। ਅੱਛਾ, ਜਿੰਨੇ ਹੁਣ ਜਿਹੜੇ ਹੈਗੇ ਆ ਵੀ ਤੁਹਾਡੇ ਜਿਵੇਂ ਤੁਸੀਂ ਪ੍ਰੋਗਰੈਸਿਵ, ਮੈਂ ਸਮਝਦਾ ਪ੍ਰੋਗਰੈਸਿਵ ਆਰਟਿਸਟ ਹੈਗੇ ਹੋ, ਇੱਦਾਂ ਦੇ ਜਿਵੇਂ ਤੁਸੀਂ ਜਿਹੜੇ ਹਮ ਖਿਆਲੀ ਪ੍ਰੋਗਰੈਸਿਵ ਆਰਟਿਸਟ ਹੈਗੇ ਆ, ਤੁਸੀਂ ਮਨਮੋਹਨ ਸਿੰਘ ਹੋਣਾਂ ਦੀ ਗੱਲ ਕੀਤੀ ਆ, ਹੋਰ ਕਈਆਂ ਦੀ ਗੱਲ ਕੀਤੀ ਆ, ਕੀ ਲੱਗਦਾ ਹੈਗਾ ਵੀ ਤੁਹਾਡੇ ਸਾਰਿਆਂ ਦੇ ਵਿੱਚ ਇੱਦਾਂ ਦਾ ਰਾਬਤਾ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਵੀ ਹਾਂ, ਜਾਂ ਫਿਲਮ ਦੇ ਥਰੂ ਜਾਂ ਰੰਗਮੰਚ ਦੇ ਥਰੂ ਜਾਂ ਜਿਹੜਾ ਅੱਜ ਦਾ ਜੋ ਵੀ ਸੋਸ਼ਲ ਮੀਡੀਆ ਹੈ ਇਹਦੇ ਥਰੂ ਜਿਹੜਾ ਵੀ ਅਸੀਂ ਓਵਰਆਲ ਜਿਹੜੀ ਪੰਜਾਬ ਦੀ ਨਹਾਰ ਹੈਗੀ ਆ ਉਹਦੇ ਲਈ ਕੋਈ ਬੜੇ ਠੋਸ ਯਤਨ ਹੋ ਰਹੇ ਆ? ਦੇਖੋ ਇਹ ਆਗਾਹੇ ਵਗਾਹੇ ਜਦੋਂ ਮਿਲਦੇ ਆ ਗੱਲ ਹੁੰਦੀ ਰਹਿੰਦੀ ਹੈ, ਜਿਵੇਂ ਹੁਣ ਅਰਦਾਸ ਕਰਾਂ ਫਿਲਮ ਬਾਰੇ ਚਰਚਾ ਚੱਲੀ ਤਾਂ ਨਾਲ ਦੀ ਜਿਹੜੇ ਸਾਡੇ ਇੰਡਸਟਰੀ ਵਾਲੇ ਨੇ, ਯਾਰ ਬਹੁਤ ਅੱਛਾ ਅਸੀਂ ਵੀ ਕਰਾਂਗੇ ਹੈ ਨਾ, ਸਾਡੇ ਕੋਲ ਵੀ ਇੱਕ ਸਕ੍ਰਿਪਟ ਹੈਗੀ, ਅਸੀਂ ਵੀ ਕੰਮ ਕਰਾਂਗੇ, ਅਸੀਂ ਕਰ ਨਹੀਂ ਰਹੇ ਸੀ, ਸਾਡੇ ਕੋਲ ਪਈ ਸੀ ਕਹਾਣੀ, ਹੁਣ ਉੱਥੇ ਕੰਮ ਕਰਾਂਗੇ, ਇਹਦਾ ਮਤਲਬ ਉਹਨਾਂ ਨੂੰ ਹਲਾਰਾ ਮਿਲਿਆ। ਯਤਨ ਭਾਜੀ ਹਰੇਕ ਕਰਨਾ ਚਾਹੁੰਦਾ, ਗੱਲ ਕੀ ਹੈ ਜਿਹੜਾ ਇਹ ਮਾਧਿਅਮ ਹੈ ਨਾ ਇਹ ਸਿੱਧਾ ਪੈਸੇ ਨਾਲ ਜੁੜਿਆ ਹੋਇਆ, ਪੈਸੇ ਨਾਲ ਜੁੜਿਆ, ਕਮਰਸ਼ੀਅਲ ਜੁੜਿਆ ਹੋਇਆ ਸਿੱਧਾ ਹੈ ਨਾ। ਜਦੋਂ ਇੱਕ ਬੰਦਾ, ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਪੈਸਾ ਲਾਉਣਾ ਤਾਂ ਪੈਸਾ ਵਾਪਸ ਆਵੇ, ਪਰ ਉਹ ਸਸਤਾ ਸਾਧਨ ਅਪਣਾ ਲੈਂਦਾ, ਮਾਰ ਉਹ 'ਚ ਵੀ ਖਾ ਜਾਂਦਾ, ਪਰ ਹੁਣ ਉਹਨੂੰ ਸਮਝਦਾ ਕਿ ਯਾਰ ਪੈਸਾ ਤਾਂ ਇਹਨਾਂ ਨੇ ਵੀ ਲਾਇਆ, ਪਰ ਇਹ ਪੈਸਾ ਕਮਾ ਵੀ ਰਹੇ ਨੇ ਤੇ ਸ਼ਾਬਾਸ਼ ਵੀ ਲੈ ਰਹੇ ਨੇ, ਐਪਰੀਸੀਏਸ਼ਨ ਵੀ ਲੈ ਰਹੇ ਨੇ, ਤਾਂ ਹੁਣ ਉਹਨਾਂ ਨੂੰ ਇੱਕ ਸੇਧ ਮਿਲਦੀ ਹੈ। ਸੋ ਯਤਨ ਹੋਣ
ਹੁਣ ਜਿੰਨੀ ਵੀ ਫਿਲਮਾਂ ਇਹਨਾਂ 'ਚ ਪੈਸਾ ਬਹੁਤ ਲੱਗਦਾ ਜੀ ਜੀ, ਅਤੇ ਜਦੋਂ ਪੈਸਾ ਰਿਕਵਰ ਕਰਦੀਆਂ ਹੈ, ਜਿੱਦਾਂ ਹੁਣ ਆਪਾਂ ਅਰਦਾਸ ਦੀ ਮੂਵੀ ਦੀ ਗੱਲ ਕਰਦੇ ਹਾਂ, ਪੈਸਾ ਰਿਕਵਰ ਹੋਇਆ ਅਤੇ ਉਹਨਾਂ ਦਾ ਗਿੱਪੀ ਹੋਣਾ ਦਿਲ ਕੀਤਾ ਇੱਕ ਹੋਰ ਫਿਲਮ ਬਣਾਈ, ਬਿਲਕੁਲ ਹੁਣ ਇਹ ਮੂਵੀ ਹਿੱਟ ਚੱਲ ਗਈ, ਹੁਣ ਇੱਥੇ ਲੈਣਾ ਲੱਗੀਆਂ ਲੋਕਾਂ ਦੀਆਂ ਫਿਲਮ ਦੇਖਣ ਲਈ, ਅਤੇ ਹੁਣ ਬਾਕੀਆਂ ਦੇ ਜਿਹਨ 'ਚ ਵੀ ਗੱਲ ਆਊਗੀ ਕਿ ਕਿਉਂ ਨਾ ਅਸੀਂ ਵੀ ਇੱਦਾਂ ਦੀ ਬਣਾਈਏ, ਬਿਲਕੁਲ ਜਾਏਗਾ, ਕਿਉਂ ਅਸੀਂ ਵੀ ਥੀਏਟਰ ਵਾਲੇ ਬੰਦੇ ਲੱਭੀਏ, ਬਿਲਕੁਲ ਸਕ੍ਰਿਪਟ ਪੜ੍ਹੀ, ਪਰ ਜਿੱਦਾਂ ਭਾਈ ਚੰਗੇ ਐਕਟਰ ਲੱਭਣਗੇ, ਚੰਗੇ ਲੇਖਕ ਲੱਭਣਗੇ, ਜਿੱਦਾਂ ਹੁਣ ਤੁਸੀਂ ਤਾਂ ਇਸ ਲਾਈਨ ਦੇ ਵਿੱਚ ਚੰਗੀ ਤਰ੍ਹਾਂ ਮਸ਼ਰੂ ਹੋ, ਵੀ ਦੱਸੋ ਵੀ ਜਿਹੜੀ ਸਕ੍ਰਿਪਟ ਆ ਆਪਣੀ ਪੰਜਾਬੀ ਇੰਡਸਟਰੀ 'ਤੇ, ਸਕ੍ਰਿਪਟ ਦੇ ਉੱਤੇ ਬਾਕੀ ਇੰਨਾ ਸੀਰੀਅਸਲੀ ਤੌਰ 'ਤੇ ਉੱਤੇ ਕੰਮ ਹੁੰਦਾ? ਬਹੁਤ ਘੱਟ ਹੁੰਦਾ, ਹੁੰਦਾ ਜਦੋਂ ਹੁੰਦਾ ਉਹ ਫਿਲਮ ਸਰਾਹੀ ਜਾਂਦੀ ਹੈ ਨਾ, ਜਦੋਂ ਫਿਲਮ ਸਾਡੇ ਕੋਲ ਆਉਂਦੀਆਂ ਨੇ, ਅੱਛੀਆਂ ਫਿਲਮਾਂ ਆਉਂਦੀਆਂ ਨੇ, ਤਾਂ ਉਹ ਸਕ੍ਰਿਪਟ ਕਰਕੇ ਦੇਖੋ ਮੇਨ ਹੀਰੋ ਕੌਣ ਹੈ, ਮੇਨ ਹੀਰੋ ਸਬਜੈਕਟ, ਜ਼ਿੰਦਗੀ ਵਿੱਚ ਸਾਡਾ ਮੇਨ ਹੀਰੋ ਕੌਣ ਹੈ, ਮੈਂ ਇਕੱਲਾ ਮੇਨ ਹੀਰੋ ਨਹੀਂ, ਮੇਰਾ ਥੋਟ ਹੋ ਸਕਦਾ, ਜੇ ਰਾਣੇ ਦੇ ਵਿਚਾਰ ਕਿਹੋ ਜਿਹੇ ਨੇ, ਰਾਣੇ ਕੋਲ ਤੁਸੀਂ ਬੈਠੇ ਗੱਲਾਂ ਕਰ ਰਹੇ ਹੋ, ਤੁਸੀਂ ਇਹ ਸਵਾਲ ਕਰ ਰਹੇ ਹੋ, ਉਹ ਮੇਰਾ ਜਿਹੜਾ ਹੀਰੋਇਜ਼ਮ ਹੈ ਉਹ ਮੇਰੀ ਵਿਚਾਰਧਾਰਾ, ਮੇਰੀ ਸੋਚ ਹੈ ਕਿ ਮੈਂ ਕੀ ਸੋਚਦਾ, ਉਵੇਂ ਸਬਜੈਕਟ ਹੈ ਨਾ ਜਿਹੜਾ ਉਹ ਰੀੜ੍ਹ ਦੀ ਹੱਡੀ ਹੁੰਦਾ, ਉਹ ਮੇਨ ਹੀਰੋ ਹੁੰਦਾ, ਨਹੀਂ ਤਾਂ ਬਹੁਤ ਵੱਡੇ ਵੱਡੇ ਸਟਾਰ ਨਾਲ 5-6 ਫਿਲਮਾਂ ਉਹਦੀਆਂ ਫਲੋਪ ਹੋ ਜਾਂਦੀਆਂ ਨੇ ਅਤੇ ਇੱਕ ਫਿਲਮ ਉਹਦੀ ਚੱਲ ਜਾਂਦੀ ਹੈ, ਜੇ ਸਟਾਰ ਨਾਲ ਫਿਲਮ ਚੱਲਦੀ ਫਿਰ ਤਾਂ 5 ਚੱਲਣੀਆਂ ਚਾਹੀਦੀਆਂ ਸੀ, ਫਿਰ ਤਾਂ ਸਲਮਾਨ ਖਾਨ ਦੀਆਂ ਸਾਰੀਆਂ ਫਿਲਮਾਂ ਚੱਲਦੀਆਂ ਚਾਹੀਦੀਆਂ ਸੀ, ਫਿਰ ਸ਼ਾਹਰੁਖ ਖਾਨ ਦੀਆਂ ਸਾਰੀਆਂ ਫਿਲਮਾਂ ਚੱਲਣੀਆਂ ਚਾਹੀਦੀਆਂ ਸੀ, ਸਬਜੈਕਟ ਹੀਰੋ ਹੁੰਦਾ, ਜਦੋਂ ਸਬਜੈਕਟ ਨੂੰ ਹੀਰੋ ਸਮਝਦੇ ਨਹੀਂ, ਸਬਜੈਕਟ ਨੂੰ ਲੈਂਦੇ ਲਾਈਟਲੀ, ਲਿਖਣ ਵਾਲੇ ਨੂੰ ਜਿੱਥੋਂ ਮਰਜ਼ੀ ਲਿਖਾ ਲਓ, 4 ਡਾਇਲੋਗ ਹੀ ਲਿਖਾਉਣ ਨੂੰ ਜੋ ਮਰਜ਼ੀ ਲਿਖ ਦੇਗਾ, ਜਦੋਂ ਅਸੀਂ ਐਂ ਕਹਿੰਦੇ ਜੋ ਮਰਜ਼ੀ ਲਿਖ ਦੇਗਾ ਕਿਹੜਾ ਪੁੱਛਦਾ, ਫਿਰ ਕੋਈ ਪੁੱਛਦਾ ਹੀ ਨਹੀਂ, ਪੁੱਛਦਾ ਇਸੇ ਕਰਕੇ ਜਿੱਦਾਂ ਕਈ ਹੁਣ ਆਪਾਂ ਦੇਖਦੇ ਪੰਜਾਬੀ ਇੰਡਸਟਰੀ 'ਚ ਮਿਊਜ਼ਿਕ ਦੇ ਵਿੱਚ ਜਿਹੜੇ ਗੀਤਕਾਰ ਹੁੰਦੇ ਆ ਉਹ ਇੱਕ ਦਿਨ ਅੱਕ ਕੇ ਗਾਇਕ ਬਣ ਜਾਂਦੇ, ਉਹ ਕਈ ਵਾਰੀ ਬੰਦੇ ਨੂੰ ਹੁੰਦਾ ਕਿ ਇਸ ਗੀਤਕਾਰ ਨੂੰ ਹੋ ਜਾਂਦਾ ਕਿ ਮੈਨੂੰ ਪੈਸੇ ਨਹੀਂ ਮਿਲ ਰਹੇ, ਮੈਨੂੰ ਉਹ ਪਹਿਚਾਣ ਨਹੀਂ ਮਿਲ ਰਹੀ, ਉਹ ਕਹਿੰਦਾ ਚਲੋ ਫਿਰ ਮੇਰੇ ਜਿਹੜਾ ਗੀਤ ਗਾਉਂਦਾ ਉਹਨੂੰ ਪਹਿਚਾਣ ਮਿਲ ਗਈ, ਉਹਨੂੰ ਪੈਸਾ ਵੀ ਮਿਲ ਗਿਆ, ਫਿਰ ਮੈਂ ਵੀ ਗਾਉਣ ਲੱਗ ਜਾਣਾ, ਅਤੇ ਕਈ ਠੀਕ ਜਿਹੜੇ ਗਾਉਣ ਵਾਲੇ ਨੇ ਉਹ ਠੀਕ ਵੀ ਨਿਕਲੇ, ਫਿਰ ਵਧੀਆ ਵੀ ਨਿਕਲੇ। ਅਤੇ ਜਿਹੜਾ ਹੁਣ ਤੁਸੀਂ ਅੱਜ ਜਿਹੜਾ ਕੱਲ੍ਹ ਨੂੰ ਪਲੇ ਦਿਖਾ ਰਹੇ ਹੈਗੇ ਹੋ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ? ਜ਼ਿੰਦਗੀ ਜ਼ਿੰਦਾਬਾਦ ਸ਼ੋਅ ਜਦੋਂ ਵੀ ਕਿੱਥੇ ਕੀਤਾ ਤਾਂ ਬਹੁਤ ਜ਼ਿਆਦਾ ਪਿਆਰ ਮਿਲਿਆ, ਮੁਹੱਬਤ ਮਿਲੀ ਆ, ਅਸੀਸਾਂ ਮਿਲੀਆਂ ਨੇ, ਸ਼ਾਬਾਸ਼ੀ ਮਿਲੀ ਹੈ, ਇਹ ਸੁਨੇਹਾ ਮਿਲਿਆ ਕਿ ਇਹਨੂੰ ਕਰਦੇ ਰਹੋ। ਇਹ ਸ਼ੋਅ ਹੈ ਜਿਹੜਾ ਸਟੇਜ ਸ਼ੋਅ, ਇਹਨੂੰ ਥੀਏਟਰ ਦਾ ਤੜਕਾ ਲਾਇਆ ਹੋਇਆ, ਥੀਏਟਰ ਰਾਹੀਂ ਮੈਂ ਇੰਸਪੀਰੇਸ਼ਨ ਅਤੇ ਮੋਟੀਵੇਸ਼ਨਲ ਗੱਲਾਂ ਦਿੰਦਾ, ਜ਼ਿੰਦਗੀ ਨਾਲ ਜੋੜਨ ਦੀਆਂ ਗੱਲਾਂ ਕਰਦਾ, ਜ਼ਿੰਦਗੀ ਨਾਲ ਜੁੜੋ, ਆਪਣੇ ਆਪ ਨਾਲ ਜੁੜੋ, ਖੁਦ ਨੂੰ ਪਿਆਰ ਕਰਨਾ ਸਿੱਖੋ, ਔਰ ਇਹਦੇ ਰਿਜ਼ਲਟ ਬਹੁਤ ਅੱਛੇ ਮਿਲੇ ਨੇ, ਜਿੱਥੋਂ ਵੀ ਕਿਤੇ ਸ਼ੋਅ ਕੀਤਾ ਤਾਂ ਲੋਕਾਂ ਦਾ ਇਹੀ ਸੁਨੇਹਾ ਆਇਆ, ਇਹੀ ਉਹਨਾਂ ਦੀ ਫੀਡਬੈਕ ਆਈ ਹੈ ਕਿ ਸਾਡੇ ਵਿੱਚ ਬਹੁਤ ਤਬਦੀਲੀ ਆਈ ਹੈ, ਮੈਂ ਘਰਦਿਆਂ ਨਾਲ ਜੁੜ ਗਿਆ, ਮੈਂ ਆਪਣੇ ਆਪ ਨਾਲ ਜੁੜ ਗਿਆ, ਮੈਨੂੰ ਪਿਆਰ ਕਰਨਾ ਆ ਗਿਆ, ਮੈਂ ਬੇਬੇ ਨੂੰ ਲਵ ਯੂ ਕਹਿਣ ਲੱਗ ਗਿਆ, ਮੈਂ ਬਾਪੂ ਨੂੰ ਲਵ ਯੂ ਕਹਿਣ ਲੱਗ ਗਿਆ, ਮੈਂ ਨੈਗੇਟਿਵਿਟੀ ਤੋਂ ਦੂਰ ਹੋ ਗਿਆ। ਸੋ ਨੈਗੇਟਿਵਿਟੀ ਤੋਂ ਦੂਰ ਕਰਨ ਦਾ ਇੱਕ ਸਿਲਸਿਲਾ ਹੈ ਜ਼ਿੰਦਗੀ ਜ਼ਿੰਦਾਬਾਦ, ਠੀਕ ਹੈ। ਸੋ ਜ਼ਿੰਦਗੀ ਜ਼ਿੰਦਾਬਾਦ, ਕਿਤੇ ਇੱਥੇ ਹੁਣ ਨੀਟੂ ਸੋਹੀ ਉਹਨਾਂ ਨੇ, ਜੈਕ ਧਾਲੀਵਾਲ ਉਹਨਾਂ ਨੇ ਕਰਾਇਆ, ਕੋਈ ਹੋਰ ਕਰੇਗਾ ਇਹਨਾਂ ਦਾ ਸੁਨੇਹਾ ਜਾਏਗਾ, ਮੈਂ ਤਾਂ ਸ਼ਾਬਾਸ਼ ਦਿੰਦਾ ਐਡਮਿੰਟਨ ਵਾਲਿਆਂ ਨੂੰ, ਵਧਾਈ ਦਿੰਦਾ ਕਿ ਸ਼ੋਅ ਤਾਂ ਬਹੁਤ ਹੁੰਦੇ ਨੇ, ਪਰ ਜਦੋਂ ਜ਼ਿੰਦਗੀ ਨਾਲ ਜੁੜੇ ਹੋਏ ਸ਼ੋਅ ਦੀ ਤੁਸੀਂ ਪਿਆਰ ਮੁਹੱਬਤ ਦੀ ਗੱਲ ਕਰਦੇ ਹੋ, ਜਦੋਂ ਉਹ ਆਉਂਦਾ ਤਾਂ ਉਹਨਾਂ ਜਿਹੜੇ ਕਰਾਉਂਦੇ ਨੇ ਉਹਨਾਂ ਨੂੰ ਕਰਾਉਣ ਵਾਲਿਆਂ ਨੂੰ ਜ਼ਰੂਰ ਸ਼ਾਬਾਸ਼ ਦਿਆ ਕਰੋ। ਸੋ ਥੈਂਕ ਯੂ ਵੈਰੀ ਮੱਚ ਨਿਊ ਜਿਹੜੇ ਮਿਲੇਨੀਅਮ ਟਾਇਰ ਵਾਲਿਆਂ ਦਾ, ਇਹ ਮੇਰੇ ਮਿੱਤਰ ਹੀ ਨੇ, ਪਰ ਮਿੱਤਰਾਂ ਕਰਕੇ ਨਹੀਂ ਕਰਾਇਆ, ਉਹਨਾਂ ਨੇ ਸਬਜੈਕਟ ਕਰਕੇ ਕਰਾਇਆ, ਅਤੇ ਰਾਣਾ ਜੇ ਕੋਈ ਮਾੜਾ ਸ਼ੋਅ ਕਰਦਾ ਹੁੰਦਾ ਸ਼ਾਇਦ ਨੀਟੂ ਸੋਹੀ ਉਹਨਾਂ ਦੇ, ਮੈਨੂੰ ਪਤਾ ਉਹਨਾਂ ਨੇ ਨਹੀਂ ਕਰਾਉਣਾ ਸੀਗਾ। ਸੋ ਜੇ ਚੰਗਾ ਕਰ ਰਹੇ ਹਾਂ ਤਾਂ ਕਰ ਰਹੇ ਨੇ, ਔਰ ਉਹਨਾਂ ਦੇ ਉੱਦਮ ਨੂੰ ਸਲਾਮ ਹੈ, ਔਰ ਦੇਖਣ ਵਾਲਿਆਂ ਨੂੰ ਸਲਾਮ ਹੈ, ਔਰ ਇਸ ਤਰ੍ਹਾਂ ਕਰਦੇ ਰਹਾਂਗੇ। ਹਾਂਜੀ, ਤੋਂ ਭਾਅ ਜੀ ਜਾਂਦੇ ਜਾਂਦੇ ਜਿਹੜਾ ਤੁਸੀਂ ਕਵਿਤਾ ਬੋਲਦੇ ਹੁੰਦੇ ਜ਼ਿੰਦਗੀ ਜ਼ਿੰਦਾਬਾਦ, ਹਾਂਜੀ ਉਹ ਸਾਰੇ ਸੁਣਦੇ ਆ ਕਿ ਮੈਨੂੰ ਨਾਨਕ ਮੱਤਾਂ ਦੇਮ ਦੇ, ਮੇਰੀ ਪਿੱਠ 'ਤੇ ਖੜ੍ਹੇ ਫਰੀਦ, ਮੈਨੂੰ ਮਿਲਣ ਸੁਰ ਮਰਦਾਨਿਓ, ਮੈਂ ਲਾਲੋ ਭਗਤ ਮਰੀਦ, ਮੇਰੀ ਧੌਣ 'ਚ ਦੁੱਲਾ ਝਾਕਦਾ, ਮੇਰੇ ਮੌੜੀ ਬੁੜਕੇ ਮੌੜ, ਮੇਰੀ ਹਿੰਮਤ ਸਿੰਘ ਰਣਜੀਤ ਦੀ, ਮੈਂ ਦੁਸ਼ਮਣ ਦਿਆ ਮਰੋੜ, ਮੈਨੂੰ ਮੰਟੋ ਪਾਸ਼ ਹਲੂਣ ਦੇ ਅਤੇ ਜੀਣਾ ਦੱਸਦੀ ਮੌਤ, ਮੈਨੂੰ ਦੇਣ ਕਿਤਾਬਾਂ ਰੋਸ਼ਨੀ, ਨਾ ਧੂਫ ਲਾਵਾਂ ਨਾ ਜੋਤ, ਮੈਨੂੰ ਭਗਤ ਪੂਰਨ ਸਿੰਘ ਦੱਸਿਆ ਕਿ ਸੇਵਾ ਕੀ ਬਲੀਦਾਨ ਹੈ, ਬਾਤ ਅਕਲ ਅਤੇ ਹੁਨਰ ਦੀ ਕੋਈ ਜੰਮਦਾ ਨਹੀਂ ਮਹਾਨ, ਜੇ ਪਾਣੀ ਹਵਾ ਸਾਂਭ ਲੂੰ ਤਾਂ ਮੈਂ ਤੇ ਦੇਸ਼ ਆਬਾਦ, ਜਦ ਜਾਤ ਵਿਤਕਰਾ ਮੁੱਕਿਆ ਫਿਰ ਜ਼ਿੰਦਗੀ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ ਭਾਈ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਜੀ, ਬਹੁਤ ਵਧੀਆ ਲੱਗਿਆ, ਥੈਂਕ ਯੂ।